ਐਮੀ ਵਰਕਾ ਕੁਲਵਿੰਦਰ ਬਿੱਲਾ ਹੋਣੀ ਐਮੀ ਵਰਕ ਹੋਣੀ ਪਿਆਰ ਦੇ ਨਾਤੇ ਤੁਹਾਡੇ ਤੱਕ ਅਪਰੋਚ ਕੀਤੀ ਕਿ ਨਹੀਂ ਅਸੀਂ ਅ ਅੱਗੇ ਆ ਕੇ ਉਹਨਾਂ ਨਾਲ ਗੱਲ ਕਰਦੇ ਆਂ ਦੇਖੋ ਜੀ ਨਾ ਤਾਂ ਮੈਂ ਕੁਲਵਿੰਦਰ ਬਿੱਲੇ ਨੂੰ ਜਾਣਦਾ ਨਾ ਮੈਂ ਐਮੀ ਵਰਕ ਨੂੰ ਜਾਣਦਾ ਮੈਨੂੰ ਬਿਨਾਂ ਸਤਕਾਰ ਦੇ ਉੱਤੇ ਮੇਰਾ ਕੋਈ ਗਾਣਾ ਰਿਕਾਰਡ ਕਰਾਵੇ ਮੈਂ ਗਾਣੇ ਨਹੀਂ ਰਿਕਾਰਡ ਹੋਣ ਦਊਂਗਾ ਮੇਰਾ ਕੋਈ ਵੀ ਗਾਣਾ ਚੋਰੀ ਕਰੂਗਾ ਮੈਂ ਉਹਦੇ ਤੇ ਪੂਰੀ ਕਾਨੂੰਨੀ ਕਾਰਵਾਈ ਕਰੂੰਗਾ ਉਹਨਾਂ ਨੇ ਮੇਰਾ ਸੇਮ ਗੀਤ ਸਹਿਲਮ ਦੇ ਵਿੱਚ ਗਾਇਆ ਖਬਰ ਇਹ ਵੀ ਆਈ ਹੈ ਕਿ ਉਹ 뮤직 ਡਾਇਰੈਕਟਰ ਉਹਨਾਂ ਦਾ ਨਾਮ ਜ਼ਿਕਰ ਨਾ ਲਈਏ ਤਾਂ ਉਹ ਕਹਿੰਦੇ ਕਿ ਕਾਪੀਰਾਈਟ ਤਾਂ ਮੇਰੇ ਕੋਲ ਆ 89 ਤੋਂ ਲੈ ਕੇ ਇਹਦੇ ਜਿਹੜੇ ਕਾਪੀਰਾਈਟ ਹੈ ਉਹ ਮੇਰੇ ਕੋਲ ਹੁਣ ਤੱਕ ਹੈਗੇ ਆ 31 ਸਾਲ ਦੀ ਇਸ ਗੀਤ ਦੀ ਮਿਹਨਤ ਆ ਤੇ ਇਹ ਹੁਣ ਚੱਕ ਕੇ ਗਾਣਾ ਉਹਨਾਂ ਨੇ ਫਿਲਮ ਵਿੱਚ ਪਾ ਦਿੱਤਾ ਐਮੀ ਬਰਕ ਔਰ ਕੁਲਵਿੰਦਰ ਬਿੱਲੇ ਨੇ ਹੁਣ ਸੁਖਵਿੰਦਰ ਪੰਚੀ ਜਿਹੜੇ ਨੇ ਆਪਣੇ ਗੀਤ ਦਾ ਹੱਕ ਮੰਗਦੇ ਨੇ ਕੀ ਤੁਹਾਡੇ ਤੱਕ ਪਹੁੰਚ ਕੀਤੀ ਕਿਸੇ ਨੇ ਬਿਨਾਂ ਲੈ ਹੱਕ ਇਹ ਗਾਣਾ ਔਰ ਇਹ ਗਾਣੇ ਦਾ ਟਾਈਟਲ ਜਿਹੜਾ ਉਹਨਾਂ ਨੇ ਯੂਜ਼ ਨਹੀਂ ਕਰਦਾ ਕਿ ਲੋਕੀ ਗਵਾਹ ਆ ਮੇਰੇ ਕੋਲ ਬਹੁਤ ਸਾਰੇ ਸਬੂਤ ਆ ਮੈਂ ਉਹਨਾਂ ਦੀ ਪਰਵਾਹ ਨਹੀਂ ਕਰਦਾ ਕਿਸੇ ਦੀ ਵੀ ਨਾ ਮੈਂ ਕਿਸੇ ਤੋਂ ਡਰਦਾ ਕਿ ਤੁਹਾਡੀ ਤੇ ਵੀ ਦਬਾਅ ਪਿਆ ਕਿਸੇ ਗੱਲ ਦਾ ਜਿੱਥੇ ਮਰਜੀ ਮੇਰੇ ਨੂੰ ਦਬਾਅ ਪਾ ਲੈਣ ਕਿ ਮੇਰਾ ਆਪਣਾ ਗੀਤ ਜੇ ਕੋ ਚੱਕ ਕੇ ਮੇਰੇ ਨਾਲ ਬਦਮਾਸ਼ੀ ਕਰੇ ਮੈਂ ਬਦਮਾਸ਼ੀ ਨਹੀਂ ਹੋਣ ਦਊਗਾ ਸੋਸ਼ਲ ਮੀਡੀਆ ਤੇ ਕੋਈ ਵੀ ਕੁਝ ਵੀ ਕਹਿ ਦਿੰਦਾ ਮੈਨੂੰ ਕਿਸੇ ਮਸ਼ਹੂਰੀ ਦੀ ਲੋੜ ਨਹੀਂ ਕਈ ਤੁਹਾਨੂੰ ਇਸ ਮੁੱਦੇ ਨੂੰ ਲੈ ਕੇ ਪਬਲਿਸਿਟੀ ਸਟੰਟ ਵੀ ਦੱਸਣਗੇ ਮੈਨੂੰ ਕ੍ਰੈਡਿਟ ਲੈਣ ਦੀ ਲੋੜ ਨਹੀਂ ਆਪਣੀ ਫਿਲਮ ਦੇ ਵਿੱਚੋਂ ਗਾਣਾ ਕੱਢ ਦੇਣ ਆਪਣਾ ਟਾਈਟਲ ਚੇਂਜ ਕਰ ਲੈਣ ਛੱਲੇ ਮੁੰਡੀਆਂ ਦਾ ਆਪਣੀ ਫਿਲਮ ਰਿਲੀਜ਼ ਕਰਨ ਮੈਨੂੰ ਨੋਬਜੈਕਸ਼ਨ ਹੈ ਸਸਰਗਲ ਟੀਵੀ ਪੰਜਾਬ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਮਨਦੀਪ ਸਵਾਗਤ ਕਰਦੀਆਂ ਕਈ ਕਲਾਕਾਰ ਅਜਿਹੇ ਹੁੰਦੇ ਨੇ ਜਿਨ੍ਹਾਂ ਦੀ ਆਵਾਜ਼ ਦਿਲ ਨੂੰ ਟਰੰਪ ਪਹੁੰਚ ਜਾਂਦੀ ਹੈ ਅਜਿਹੇ ਹੀ ਕਲਾਕਾਰ ਅੱਜ ਸਾਡੇ ਵਿੱਚ ਮੌਜੂਦ ਹੈ ਜਿਨ੍ਹਾਂ ਦੇ ਗਾਣੇ ਮਿੱਠੇ ਲਾਰੇ ਮਹਿੰਦੀ ਵਾਲੇ ਹੱਥ ਜਾਂ ਫਿਰ ਛੱਲੇ ਮੁੰਦਿਆਂ ਦੀ ਗੱਲ ਕਰ ਲਈਏ ਤਾਂ ਛੱਲੇ ਮੁੰਦਿਆਂ ਤੋਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਮੈਂ ਕਿਹਦੀ ਗੱਲ ਕਰ ਰਹੀਆਂ ਜੀहां ਸਾਡੇ ਨਾਲ ਗਾਇਕ ਸੁਖਵਿੰਦਰ ਪੰਚੀ ਹੁਣੀ ਬੈਠੇ ਨੇ ਉਹਨਾਂ ਦਾ ਸਵਾਗਤ ਕਰ ਲੈਣਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਟੀਵੀ ਪੰਜਾਬ ਤੇ ਧੰਨਵਾਦ ਜੀ ਸਭ ਤੋਂ ਪਹਿਲਾਂ ਟੀਵੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਥਰੋਅ ਹਿੰਦੁਸਤਾਨੀ ਭੈਣ ਭਰਾ ਚ ਪੰਜਾਬੀ ਮੇਰੇ ਭੈਣ ਭਰਾ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ੍ਰੀ ਅਕਾਲ ਔਰ ਮੈਂ ਟੀਵੀ ਪੰਜਾਬ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਬੁਲਾ ਕੇ ਆਪਣੇ ਸਰੋਤਿਆਂ ਦੇ ਰੂਬਰੂ ਕਰਨ ਦਾ ਜਿਹੜਾ ਇਹਨਾਂ ਨੇ ਹਿੱਲਾ ਵਸੀਲਾ ਕੀਤਾ ਆ ਮੈਂ ਇਹਨਾਂ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡੀ ਸਾਰੀ ਟੀਮ ਦਾ ਥੈਂਕ ਯੂ ਥੈਂਕ ਯੂ ਅੱਛਾ 1990 ਦੇ ਵਿੱਚ ਤੁਹਾਡਾ ਗੀਤ ਆਇਆ ਚੱਲੇ ਮੁੰਦੀਆਂ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਜੀ ਹੋਰ ਵੀ ਚਰਚਾ ਦੇ ਵਿੱਚ ਆ ਬਾਅਦ ਚ ਗੱਲ ਕਰਾਂਗੇ ਕਾਦੇ ਕੀ ਕਾਰਨ ਹੈ ਚਰਚਾ ਦੇ ਵਿੱਚ ਰਹਿਣ ਦਾ ਪਹਿਲਾਂ ਇਸ ਗਾਣੇ ਦੇ ਦੋ ਬੋਲ ਜਿਹੜੇ ਨੇ ਆਪਾਂ ਦਰਸ਼ਕਾਂ ਦੇ ਰੂਬਰੂ ਕਰ दिए ਲੋ ਜੀ ਜਿਸ ਗੀਤ ਦੇ ਨਾਲ ਮੇਰੀ ਪਛਾਣ ਬਣੀ ਆ ਮੇਰੀ ਜ਼ਿੰਦਗੀ ਦਾ ਪਹਿਲਾ ਗੀਤ ਜਿਹੜਾ ਮੈਨੂੰ ਸਿਖਰਾਂ ਤੇ ਲੈ ਗਿਆ ਉਹ ਗੀਤ ਤੁਹਾਡੀ ਨਜ਼ਰ ਕਰ ਰਿਹਾ ਉਹ ਵੇਖੋ ਨਹੀਂ ਵੇਖੋ ਨਹੀਂ ਮੁੰਡਾ ਹੋ ਗਿਆ ਸ਼ਦਾਈ ਕਹਿੰਦਾ ਮੈਂ ਕਰੂੰਗਾ ਨਹੀਂ ਹਿਸਾਬ ਪਾਈ ਪਾਈ ਵੇਖੋ ਨਹੀਂ ਵੇਖੋ ਨਹੀਂ ਮੁੰਡਾ ਹੋ ਗਿਆ ਸ਼ਦਾਈ ਕਹਿੰਦਾ ਮੈਂ ਕਰੂੰਗਾ ਨਹੀਂ ਹਿਸਾਬ ਪਾਈ ਪਾਈ ਦੱਸੂੰਗਾ ਮੁਹੱਬਤਾਂ ਮੈਂ ਕਿੰਜੇ ਹੁੰਦੀਆਂ ਦਿਲ ਬਟੇ ਦੇਵੇ ਪਹਿੜਾ ਛੱਲੇ ਮੁੰਦੀਆਂ ਨਹੀਂ ਦੇਵੇ ਛੱਲੇ ਮੁੰਦੀਆਂ ਉਹ ਪਿਆਰ ਵਾਲੇ ਉਹਦੇ ਪੈਸੇ ਨਾ ਨਹੀਂ ਤੋਲਦੇ ਛੱਲੇ ਮੁੰਡੀਆਂ ਦੇ ਵਾਦੇ ਵੇਖੇ ਰੁੱਲਦੇ ਮੈਂ ਵਾਦੇ ਵੇਖੇ ਰੁੱਲਦੇ ਪਿਆਰ ਦੀਆਂ ਗੱਲਾਂ ਗੀਤਾਂ ਵਿੱਚ ਹੁੰਦੀਆਂ ਦਿਲ ਬੱਟੇ ਦੇਵੇ ਪਹਿੜਾ ਛੱਲੇ ਮੁੰਡੀਆਂ ਨਹੀਂ ਦੇਵੇ ਛੱਲੇ ਮੁੰਡੀਆਂ ਨਹੀਂ ਦੇਵੇ ਛੱਲੇ ਮੁੰਡੀਆਂ ਕੀ ਬਾਤ ਹੈ ਕੀ ਪਤਾ ਅੱਛਾ 1990 ਦੇ ਵਿੱਚ ਇਹ ਗੀਤ ਆਇਆ ਸੀ ਇਸ ਗੀਤ ਨੇ ਉਦੋਂ ਵੀ ਦਰਸ਼ਕਾਂ ਦਾ ਪਿਆਰ ਵਾਵਾ ਲੁੱਟਿਆ ਤੇ ਹੁਣ ਫਿਰ ਤੋਂ ਇਹ ਗੀਤ ਚਰਚਾ ਦੇ ਵਿੱਚ ਹੈ ਕਾਰਨ ਇਹ ਗੀਤ ਜਿਹੜਾ ਹੈ ਅੱਜ ਦੇ ਨਵੇਂ ਕਲਾਕਾਰਾਂ ਨੇ ਇਸਤੇਮਾਲ ਕੀਤਾ ਕੀ ਉਹਨਾਂ ਨੇ ਤੁਹਾਡੀ ਸਹਿਮਤੀ ਰਜ਼ਾਮੰਦੀ ਜਾਂ ਫਿਰ ਤੁਹਾਡੇ ਤੋਂ ਪੁੱਛਿਆ ਇਸ ਗੀਤ ਦੇ ਬਾਰੇ ਜਾਂ ਫਿਰ ਇਸ ਟਾਈਟਲ ਹੇਟ ਫਿਲਮ ਬਣਾਉਣ ਤੋਂ ਪਹਿਲਾਂ ਨਹੀਂ ਜੀ ਇਹ ਸਾਡੇ ਪੰਜਾਬ ਦੇ ਜਿਹੜੇ ਨਵੇਂ ਅੱਜਕੱਲ ਸਟਾਰ ਆ ਮੇਰੇ ਭਰਾ ਹੀ ਆ ਮੇਰੇ ਤੇ ਐਮੀ ਬਿਰਕ ਔਰ ਕਲਵਿੰਦਰ ਬਿੱਲਾ ਜੀ ਉਹਨਾਂ ਦੀ ਫਿਲਮ ਆ ਰਹੀ ਹੈ ਛੱਲੇ ਮੁੰਦੀਆਂ ਉਹਨਾਂ ਨੇ ਮੇਰਾ ਸੇਮ ਗੀਤ ਫਿਲਮ ਦੇ ਵਿੱਚ ਗਾਇਆ ਇਹ ਟਾਈਟਲ ਜਿਹੜਾ ਉਹ ਛੱਲੇ ਮੁੰਦਿਆਂ ਵੀ ਚੱਕ ਕੇ ਯੂਜ਼ ਕੀਤਾ ਮੈਂ ਇਹ ਨਹੀਂ ਕਹਿੰਦਾ ਕਿ ਇਹ ਗੀਤ ਮੈਂ ਇਕੱਲੇ ਨੇ ਗਾਇਆ ਪਰ ਸਭ ਤੋਂ ਪਹਿਲਾਂ ਇਹ ਗੀਤ ਜਿਹੜਾ ਮੈਂ 1990 ਦੇ ਵਿੱਚ ਰਿਕਾਰਡ ਕਰਵਾਇਆ ਹਾਂਜੀ ਔਰ 89 ਤੋਂ ਲੈ ਕੇ ਇਹਦੇ ਜਿਹੜੇ ਕਾਪੀਰਾਈਟ ਹੈ ਉਹ ਮੇਰੇ ਕੋਲ ਹੁਣ ਤੱਕ ਹੈਗੇ ਆ ਹੂੰ ਸਰਦਾਰਾ ਸਿੰਘ ਬੋਲ ਸ਼ਾਰੀ ਭਾਜੀ ਉਹਨਾਂ ਦੀ ਕਲਮ ਤੋਂ ਲਿਖਿਆ ਗੀਤ ਹੈ ਉਹਨਾਂ ਨੇ ਮੈਨੂੰ 89 ਦੇ ਵਿੱਚ ਇਹਦੇ ਰਾਈਟ ਦਿੱਤੇ ਹੂੰ ਤੇ ਲੇਟੈਸਟ ਵੀ ਮੇਰੇ ਕੋਲ ਕਾਪੀਰਾਈਟ ਇਹਦੇ ਹੈ ਗਿਆ ਜੀ ਸ਼ਾਰੀ ਭਾਜੀ ਦੇ ਤੇ ਕੈਟਰ ਕੰਪਨੀ ਦੇ ਮਾਲਕ ਗੌਰਵਤ ਹਰਿੰਦ ਸਾਹਿਬ ਉਹਨਾਂ ਨੇ ਇਸ ਕੰਪਨੀ ਦੇ ਵਿੱਚ ਆਪਣਾ ਜਿਹੜਾ ਇਹ ਗੀਤ 1990 ਚ ਰਿਲੀਜ਼ ਕੀਤਾ ਹਮ ਇਹਦੇ ਕੋਲ ਜਿਹੜੇ ਇਹ ਜਿਹੜੇ ਰਾਈਟ ਹੈ ਇਹਦੇ ਗਾਣੇ ਦੇ ਉਹ ਜਾਂ ਕੰਪਨੀ ਕੋਲ ਹੋ ਸਕਦੇ ਆ ਹਮ ਜਾਂ ਉਹ ਸਿੰਗਰ ਕੋਲ ਹੋ ਸਕਦੇ ਆ ਮੇਰੇ ਕੋਲ ਇਸ ਕਰਕੇ ਰਾਈਟ ਹੈ ਕਿ ਮੈਂ ਇਹਨੂੰ ਖੁਦ ਪ੍ਰੋਡਿਊਸ ਕੀਤਾ ਸੀਗਾ ਜੀ 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 ਉਸ ਵੇਲੇ ਜਿਹੜੇ ਬਹੁਤ ਨਾਮੀ 뮤직 ਡਾਇਰੈਕਟਰ ਸੀਗੇ ਉਹ ਕਿਸੇ ਦੀ ਟੇਪ ਨਹੀਂ ਸੀ ਰਿਕਾਰਡ ਕਰਦੇ ਮੈਂ ਸ਼੍ਰੀ ਬਰਿੰਦਰ ਬਚਨ ਜੀ ਜੋ ਥੋੜੇ ਦਿਨ ਪਹਿਲਾਂ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਉਹਨਾਂ ਦੇ 뮤직 ਦੇ ਵਿੱਚ ਇਸ ਗਾਣੇ ਰਿਕਾਰਡ ਕਰਵਾਇਆ ਜੀ ਔਰ ਕੈਟਰ ਕੰਪਨੀ ਬਿਲਕੁਲ ਨਵੀਂ ਸੀਗੀ ਔਰ ਮੈਂ ਵੀ ਨਵਾਂ ਸੀ ਸ਼ਾਰੀ ਬੋਲ ਭਾਜੀ ਰਮਨ ਬਰਿੰਦਰ ਬਚਨ ਜੀ ਵੀ ਨਵੇਂ ਅਸੀਂ ਚਾਰੇ ਜਾਣੇ ਇਸ ਗੀਤ ਤੋਂ ਸਟਾਰ ਬਣੇ ਜੀ ਔਰ ਮੇਰੀ 31 ਸਾਲ ਦੀ ਇਸ ਗੀਤ ਦੀ ਮਿਹਨਤ ਆ ਹਮ ਤੇ ਇਹ ਹੁਣ ਚੱਕ ਕੇ ਗਾਣਾ ਉਹਨਾਂ ਨੇ ਫਿਲਮ ਵਿੱਚ ਪਾ ਦਿੱਤਾ ਐਮੀ ਬਰਕ ਔਰ ਕੁਲਵਿੰਦਰ ਬਿੱਲੇ ਨੇ ਜੀ 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 ਔਰ ਸਾਡੀ ਬਦੌਤ ਪਰਮਿਸ਼ਨ ਹਮ ਬਦੌਤ ਦੱਸੇ ਸਾਨੂੰ ਇਹ ਗਾਣੇ ਨੂੰ ਯੂਜ਼ ਕੀਤਾ ਆ ਹਮ ਹਮ ਮੈਂ ਇਹ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦਾ ਮਗਾ ਮੈਂ ਇਹ ਲੋਕਾਂ ਨਾਲ ਵਾਅਦਾ ਕਰਦਾ ਕਿਉਂਕਿ ਕਾਨੂੰਨੀ ਹੱਕ ਇਹਦੇ ਮੇਰੇ ਤੇ ਮੇਰਾ ਅਧਿਕਾਰ ਹੈ ਤੇ ਅੱਛਾ ਜੇਕਰ ਗੱਲ ਕਰਾਂ ਤਾਂ ਖਬਰ ਇਹ ਵੀ ਆਈ ਹੈ ਕਿ ਉਹ 뮤직 ਡਾਇਰੈਕਟਰ ਉਹਨਾਂ ਦਾ ਨਾਮ ਜੇਕਰ ਨਾ ਲਈਏ ਤਾਂ ਉਹ ਕਹਿੰਦੇ ਕਿ ਕਾਪੀਰਾਈਟ ਤਾਂ ਮੇਰੇ ਕੋਲ ਆ ਗੱਲ ਇਦਾਂ ਜੀ ਅਮ ਜੀ 뮤직 ਡਾਇਰੈਕਟਰ ਕੋਈ ਵੀ ਹੋਵੇ ਦੁਨੀਆ ਦਾ ਉਹਦੇ ਕੋਲੇ ਗਾਣੇ ਦੇ ਰਾਈਟ ਨਹੀਂ ਹੁੰਦੇ ਜਾਂ ਤਾਂ ਉਹ ਪ੍ਰੋਡਿਊਸਰ ਹੋਵੇ ਨਾ ਜਾਂ ਉਹਨੂੰ ਪੈਸੇ ਲਾਏ ਹੋਣ ਜਾਂ ਸਾਨੂੰ ਲਾਂਚ ਕੀਤਾ ਹੋਵੇ ਫਿਰ ਉਹਦੇ ਕੋਲ ਰਾਈਟ ਹੋ ਸਕਦੇ ਆ ਪਰ 뮤직 ਡਾਇਰੈਕਟਰ ਦਾ ਕੰਮ ਜਿਹੜਾ ਸਟੂਡੀਓ ਦੇ ਵਿੱਚ ਖਤਮ ਹੋ ਜਾਂਦਾ ਉਸ ਤੋਂ ਬਾਅਦ ਜਾਂ ਕੰਪਨੀ ਜਾਣੇ ਜਾਂ ਸਿੰਗਰ ਜਾਣੇ ਜਾਂ ਰਾਈਟਰ ਜਾਣੇ ਇਹ ਸਾਡਾ ਤਿੰਨਾਂ ਦਾ ਹੱਕੇ ਤੇ ਬਣਦਾ ਜੀ ਅੱਛਾ ਤੇ ਜੇ ਕੀ ਉਹਨਾਂ ਵੱਲੋਂ ਕੋਈ ਅਪਰੂਚ ਕੀਤੀ ਕੀ ਤੁਹਾਨੂੰ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਹੁਣ ਸੁਖਵਿੰਦਰ ਪੰਚੀ ਜਿਹੜੇ ਨੇ ਆਪਣੇ ਗੀਤ ਦਾ ਹੱਕ ਮੰਗਦੇ ਨੇ ਕੀ ਤੁਹਾਡੇ ਤੱਕ ਪਹੁੰਚ ਕੀਤੀ ਕਿਸੇ ਨੇ ਹਾਂਜੀ ਹਜੇ ਵਿੱਚ ਵਿੱਚ ਸਾਡੀ ਗੱਲ ਚੱਲ ਰਹੀ ਆ ਹੂੰ ਤੇ ਲੱਗਦਾ ਹੋ ਸਕਦਾ ਸਾਡੀ ਗੱਲ ਨਿਬੜ ਜਾਵੇ ਜੇ ਗੱਲ ਨਾ ਨਿਬੜੀ ਤਾਂ ਫਿਰ ਅਸੀਂ ਇਹਦਾ ਜਿਹੜਾ ਜਦੋਂ ਉਹ ਫਿਲਮ ਰਿਲੀਜ਼ ਕਰਨਗੇ ਅਸੀਂ ਕੋਰਟ ਦੇ ਵਿੱਚ ਸਟੇ ਲਾਵਾਂਗੇ ਤੇ ਆਪਣਾ ਬਣਦਾ ਹੱਕ ਉਹਨਾਂ ਕੋਲ ਜਰੂਰ ਲਾਵਾਂਗੇ ਅਸੀਂ ਬਿਨਾ ਲੈ ਹੱਕ ਇਹ ਗਾਣਾ ਔਰ ਇਹ ਗਾਣੇ ਦਾ ਟਾਈਟਲ ਜਿਹੜਾ ਉਹਨਾਂ ਨੇ ਯੂਜ਼ ਨਹੀਂ ਕਰਨ ਦਾ ਮਾਂਗੇ ਜੀ ਜੀ ਅੱਛਾ ਕਿੰਨਾ ਕੁ ਵਾਜਿਬ ਲੱਗਦਾ ਜਦੋਂ ਅੱਜ ਦੇ ਕਲਾਕਾਰ ਪੁਰਾਣੇ ਕਲਾਕਾਰ ਨੂੰ ਕ੍ਰੈਡਿਟ ਨਹੀਂ ਦਿੰਦੇ ਜਦਕਿ ਚੀਜ਼ ਉਹਨਾਂ ਦੀ ਹੁੰਦੀ ਹੈ ਕਿਵੇਂ ਦੇਖਦੇ ਉਹਨੂੰ ਮੈਂ ਚਾਹੁੰਗਾ ਜਿਹੜੇ ਅੱਜ ਕੱਲ ਦੇ ਜਿਹੜੇ ਕਲਾਕਾਰ ਹਨ ਨਵੇਂ ਉਹ ਥੋੜੇ ਦੇਖਦੇ ਵੀ ਸਾਡੀ ਖਰਾ ਗੁੰਡਾਗਰਦੀ ਆ ਜਾਂ ਸਾਡੀ ਬਦਮਾਸ਼ੀ ਆ ਵੀ ਜਾਂ ਅਸੀਂ ਬੌਂਸਰ ਰੱਖ ਲੈ ਨਾਲ ਜਾਂ ਅਸੀਂ ਗੌਣ ਜਾਂਦੇ ਆ ਤਾਂ ਸਾਡੇ ਨਾਲ ਚਾਰ ਗੁੰਡੇ ਚੱਲ ਗਏ ਨਾਲ ਜਾਂ ਬਦਮਾਸ਼ ਚੱਲ ਗਏ ਨਾਲ ਮੈਂ ਉਹਨਾਂ ਦੀ ਪਰਵਾਹ ਨਹੀਂ ਕਰਦਾ ਕਿਸੇ ਦੀ ਵੀ ਨਾ ਮੈਂ ਕਿਸੇ ਤੋਂ ਡਰਦਾ ਐ ਮੈਂ ਰੱਬ ਤੋਂ ਸਿਵਾਏ ਕਿਸੇ ਤੋਂ ਨਹੀਂ ਡਰਦਾ ਨਾ ਮੈਂ ਕਿਸੇ ਗੌਣ ਵਾਲੇ ਦੀ ਪਰਵਾਹ ਕਰਦਾ ਨਾ ਮੈਂ ਕਿਸੇ ਗੌਣ ਵਾਲੇ ਤੋਂ ਡਰਦਾ ਪਰ ਮੈਂ ਆਪਣੇ ਹੱਕ ਲਈ ਲੜਨਾ ਆਪਣੇ ਹੱਕ ਦੀ ਖਾਤਰ ਲੜਨਾ ਸਾਡਾ ਫਰਜ਼ ਬਣਦਾ ਆ ਕਿਉਂਕਿ ਹੁਣ ਕਿਸਾਨ ਗਏ ਸੀ ਦਿੱਲੀ ਆਪਣੇ ਹੱਕ ਦੀ ਖਾਤਰ ਲੜ ਕੇ ਆਏ ਆ ਔਰ ਜਿੱਤ ਕੇ ਆਏ ਆ ਜਿੱਤ ਹਮੇਸ਼ਾ ਜਿਹੜੀ ਉਹ ਸੱਚ ਦੀ ਹੁੰਦੀ ਆ ਔਰ ਸੱਚ ਦੀ ਹੋਊਗੀ ਕਿਉਂਕਿ ਲੋਕੀ ਗਵਾਹ ਆ ਮੇਰੇ ਕੋਲ ਬਹੁਤ ਸਾਰੇ ਸਬੂਤ ਆ ਤੇ 1931 1990 ਤੋਂ ਲੈ ਕੇ 31 ਸਾਲ ਦਾ ਜਿਹੜਾ ਜ਼ਿੰਦਗੀ ਦਾ ਲੰਬਾ ਸਫਰ ਆ ਮੇਰੇ ਕੋ ਹਰ ਸਬੂਤ ਪਿਆ ਆ ਦੂਰਦਰਸ਼ਨ ਤੋਂ ਲੈ ਕੇ ਅਖਬਾਰਾਂ ਤੱਕ ਜਾਂ ਸਟੇਜਾਂ ਦੇ ਪ੍ਰੋਗਰਾਮ ਕਰਦਾ ਜਾਂ ਮੈਂ ਜਿੱਥੇ ਵੀ ਜਨਮ ਆ ਮਸ਼ਹੂਰ ਹੋਇਆ ਤੇ ਮੈਂ ਛੱਲੇ ਮੁੰਡੀਆਂ ਤੋਂ ਮਸ਼ਹੂਰ ਹੋਇਆ ਤੇ ਇਸ ਕਰਕੇ ਮੇਰਾ ਜਿਹੜਾ ਹੱਕ ਬਣਦਾ ਮੈਂ ਲੜਨਾ ਮੇਰਾ ਹੱਕ ਬਣਦਾ ਮੇਰਾ ਫਾਈਟ ਕਰਨਾ ਹੱਕ ਬਣਦਾ ਬਾਕੀ ਜਿਹੜਾ ਸੱਚ ਆ ਉਹ ਜ਼ਰੂਰ ਜਿੱਤੂਗਾ ਬਿਲਕੁਲ ਅੱਛਾ ਜਿਕਰ ਗੱਲ ਕਰਾਂ ਤੁਸੀਂ ਦੇਖਿਆ ਹੋਣਾ ਕਿ ਅੱਜ ਦੇ ਟਾਈਮ ਦੇ ਵਿੱਚ ਕੋਈ ਬੈਕ ਇਨ ਬੇੜਾ ਬਹੁਤ ਘੱਟ ਕਰਦਾ ਹੂੰ ਹੂੰ ਦਾਬਾ ਪਾਉਣਾ ਜ਼ਿਆਦਾ ਹਾਂ ਚੰਗਾ ਸਮਝਦਾ ਹਾਂ ਕਿ ਦਾਬਾ ਪਾ ਕੇ ਗੱਲ ਨਿਬੜ ਜਾਵੇ ਕੀ ਤੁਹਾਡੇ ਤੇ ਵੀ ਦਬਾਅ ਪਿਆ ਕਿਸੇ ਗੱਲ ਦਾ ਮੈਨੂੰ ਐ ਮੈਂ ਇਹ ਕਹਿਣਾ ਚਾਹੁੰਦਾ ਹਾਂ ਉਹਨਾਂ ਗਾਉਣ ਵਾਲਿਆਂ ਨੂੰ ਵੀ ਉਹਨਾਂ ਦੀ ਫਿਲਮ ਦੀ ਟੀਮ ਨੂੰ ਸਾਰੀ ਨੂੰ ਪ੍ਰੋਡਿਊਸਰਾਂ ਨੂੰ ਡਾਇਰੈਕਟਰਾਂ ਨੂੰ ਚਾਹੇ ਜਿਹੜਾ ਮਰਜ਼ੀ ਹੋਵੇ ਮੈਂ ਕਿਸੇ ਦੀ ਕੋਈ ਪਰਵਾਹ ਨਹੀਂ ਕਰਦਾ ਹੂੰ ਜਿਹਦਾ ਮਰਜ਼ੀ ਮੈਨੂੰ ਫੋਨ ਕਰਵਾ ਲੈਣ ਹੂੰ ਜਿੱਥੇ ਮਰਜ਼ੀ ਮੇ ਤੋਂ ਮੇਰੇ ਨੂੰ ਦਬਾਅ ਪਾ ਲੈਣ ਪਰ ਮੈਂ ਡਰਨ ਵਾਲਾ ਗਲਾ ਕਲਾਕਾਰ ਨਹੀਂ ਮੈਂ ਪਹਿਲਾ ਕਲਾਕਾਰ ਹਾਂ ਜਿਹੜਾ ਬਿਨਾਂ ਗਨਮੈਨਾ ਤੋਂ ਬਿਨਾਂ ਡਰਾਈਵਰ ਤੋਂ ਪ੍ਰੋਗਰਾਮ ਤੇ ਜਾਨਣਾ ਮੇਰੇ ਜਿਹੜੇ ਸਰੋਤੇ ਆ ਉਹੀ ਮੇਰੇ ਗਨਮੈਨ ਆ ਉਹੀ ਮੇਰੇ ਪਿਆਰ ਉਹੀ ਮੇਰੀ ਮੁਹੱਬਤ ਆ ਮੇਰੇ ਨਾਲ ਸਾਰੀ ਦੁਨੀਆ ਮੇਰੇ ਨਾਲ ਆ ਕਿਉਂਕਿ ਮੈਂ ਸੱਚਾ ਬੰਦਾ ਆ ਮੈਂ ਸੱਚ ਦੀ ਖਾਤਰ ਲੜ ਰਿਹਾ ਨਾ ਕਿ ਝੂਠ ਦੀ ਖਾਤਰ ਲੜ ਰਿਹਾ ਜੇ ਕਿਸੇ ਦਾ ਫੋਨ ਕਰਵਾ ਵੀ ਲੈਣਗੇ ਮੈਨੂੰ ਕੋਈ ਬਾਲੀ ਪਰਵਾਹ ਨਹੀਂ ਹੈਗੀ ਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਮੈਂ ਆਪਣਾ ਫੋਨ ਖੁਦ ਆਪ ਚੱਕਦਾ ਮੇਰਾ ਕੋਈ ਪੀਏ ਨਹੀਂ ਮੇਰਾ ਕੋਈ ਸੈਕਟਰੀ ਨਹੀਂਗਾ ਜਦੋਂ ਮਰਜ਼ੀ ਮੈਨੂੰ ਕੋਈ ਫੋਨ ਕਰਕੇ ਮੇਰੇ ਨਾਲ ਗੱਲ ਕਰ ਸਕਦਾ ਆ ਔਰ ਉਸ ਮੈਂ ਗੱਲ ਦਾ ਪੂਰਾ ਜਵਾਬ ਦਊਂਗਾ ਤੇ ਮੈਂ ਨਾ ਡਰਦਾ ਨਾ ਝਿਜਕਦਾ ਨਾ ਥੜਕਦਾ ਕਿਸੇ ਕੋਲੋਂ ਮੈਨੂੰ ਆਪਣੇ ਤੇ ਮਾਣ ਆ ਉਸ ਰੱਬ ਤੇ ਮਾਣ ਆ ਕਿ ਮੇਰਾ ਆਪਣਾ ਗੀਤ ਜੇ ਕੋਈ ਚੱਕ ਕੇ ਮੇਨਾਂ ਬਦਮਾਸ਼ੀ ਕਰੇ ਮੈਂ ਬਦਮਾਸ਼ੀ ਨਹੀਂ ਹੋਣ ਦਊਗਾ ਜੀ ਅੱਛਾ ਗੱਲ ਕੀਤੀ ਐਮੀ ਵਰਕ ਤੇ ਕੁਲਵਿੰਦਰ ਬਿੱਲਾ ਹੋਣਾ ਦੀ ਜੀ ਜੀ ਜੇਕਰ ਗੱਲ ਕਰੀਏ ਨਾ ਗਾਇਕਾਂ ਦੀ ਤਾਂ ਬਹੁਤ ਸਾਰੀਆਂ ਚੀਜ਼ਾਂ ਸੁਣਨ ਨੂੰ ਮਿਲਦੀਆਂ ਕਿ ਗਾਇਕ ਪੁਰਾਣੇ ਗਾਇਕਾਂ ਨੂੰ ਸੁਣਦੇ ਨੇ ਉਹਨਾਂ ਨੂੰ ਪਿਆਰ ਕਰਦੇ ਨੇ ਕਿ ਪਿਆਰ ਤੇ ਜਿਦਾ ਹੁਣ ਐਮੀ ਵਰਕ ਆ ਕੁਲਵਿੰਦਰ ਬਿੱਲਾ ਹੋਣੀ ਐਮੀ ਵਰਕ ਹੋਣੀ ਪਿਆਰ ਦੇ ਨਾਲ ਤੇ ਤੁਹਾਡੇ ਤੱਕ ਅਪਰੋਚ ਕੀਤੀ ਕਿ ਨਹੀਂ ਅਸੀਂ ਅੱਗੇ ਆ ਕੇ ਉਹਨਾਂ ਨਾਲ ਗੱਲ ਕਰਦੇ ਆਂ ਦੇਖੋ ਜੀ ਨਾ ਤਾਂ ਮੈਂ ਕੁਲਵਿੰਦਰ ਬਿੱਲੇ ਨੂੰ ਜਾਣਦਾ ਨਾਮ ਐਮੀਬਰਕ ਨੂੰ ਜਾਣਦਾ ਹਾਂ ਉਹਨਾਂ ਦਾ ਨਾਮ ਵੀ ਦੁਨੀਆ ਜਾਣਦੀ ਆ ਮੈਨੂੰ ਵੀ ਪਤਾ ਕੁਲਵਿੰਦਰ ਬਿੱਲਾ ਤੇ ਕੋਈ ਐਮੀ ਵਰਕ ਗਾਉਂਦੇ ਆ ਉਹਨਾਂ ਨੂੰ ਵੀ ਪਤਾ ਕਿ ਸੁਖਵਿੰਦਰ ਪੰਚੀ ਗਾਉਂਦਾ ਆ ਪਰ ਇਹ ਆਪ ਸੂਚੀ ਕਦੇ ਮਿਲੇ ਨਹੀਂ ਨਾ ਸਾਡਾ ਮੇਲ ਮਲਾਪ ਕਦੇ ਹੋਇਆ ਹੀ ਆ ਤੇ ਜੇ ਕੋਈ ੱੱਕੇ ਨਾਲ ਕਿਸੇ ਦਾ ਚੱਕ ਕੇ ਗਾਣਾ ਜਾਂ ਕਿਸੇ ਦੀ ਕੰਪੋਜੀਸ਼ਨ ਗਾਤੀ ਜਾਂ ਕਿਸੇ ਦਾ ਗਾਣਾ ਚੱਕ ਲਿਆ ਜਾਂ ਕਿਸੇ ਦੀ ਸਤਾਈ ਚੱਕ ਲਈ ਜਾਂ ਤਰ ਚੱਕ ਲਈ ਇਹ ਮੈਂ ਕਹੂੰਗਾ ਇੰਡਸਟਰੀ ਦੇ ਵਿੱਚ ਕੋਈ ਵੀ ਗਾਉਣ ਵਾਲਾ ਆ ਕੋਈ ਵੀ 뮤직 ਡਾਇਰੈਕਟਰ ਆ ਕੋਈ ਵੀ ਆ ਉਹਨੂੰ ਇਦਾਂ ਨਹੀਂ ਕਰਨਾ ਚਾਹੀਦਾ ਉਹਨੂੰ ਆਪਣੀ ਮਿਹਨਤ ਕਰਨੀ ਚਾਹੀਦੀ ਆ ਆਪਣੇ ਗਾਣੇ ਬਣਾਉਣੇ ਚਾਹੀਦੇ ਆ ਮੇਰੇ ਬਹੁਤ ਸਾਰੇ ਗਾਣੇ ਅੱਗੇ ਮੇਰਾ ਗਾਣਾ ਕਿਸੇ ਨੇ ਚੱਕ ਲਿਆ ਸੀਗਾ ਚੰਗਾ ਨਹੀਂ ਲੱਗਦਾ ਮੈਂ ਹੂੰ ਉਹ ਗਾਉਣ ਵਾਲੇ ਨੂੰ ਫਿਰ ਥੋੜਾ ਜਿਹਾ ਮੈਂ ਸਿੱਧੇ ਰਾਹੇ ਪਾਇਆ ਜੀ 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 ਪੰਜਾਬੀ ਕਲਾਕਾਰ ਨਹੀਂ ਹਾਂ ਪੰਜਾਬੀ ਕਲਾਕਾਰ ਉਹ ਜੇ ਉਹ ਆਪਣੇ ਆਪ ਨੂੰ ਸਮਝਦੇ ਆ ਤੁਸੀਂ 10-10 ਲੱਖ ਰੁਪਇਆ 8-8 ਲੱਖ ਰੁਪਇਆ ਲੈ ਕੇ ਸਟੇਜਾਂ ਤੇ ਗਾਉਣ ਜਾਂਦੇ ਹੋ ਗਾਣੇ ਤੁਹਾਡੇ ਆਪਣੇ ਗਾਣੇ ਤੁਸੀਂ ਮੇਰੇ ਗਾਉਨੇ ਹੋ ਹੂੰ ਮੈਨੂੰ ਇਸ ਗੱਲ ਦਾ ਮਾਣ ਆ ਕਿ ਮਿੱਠੇ ਲਾਰੇ ਮੇਰਾ ਗਾਣਾ ਹਨੀ ਸੰਗ ਵੀ ਗਾਉਂਦਾ ਆ ਬਿਲਕੁਲ ਗਿੱਪੀ ਗਰੇਵਾਲ ਨੇ ਵੀ ਗਿੱਪੀ ਗਰੇਵਾਲ ਵੀ ਗਾਉਂਦਾ ਹੋਰ ਵੀ ਬਹੁਤ ਸਾਰੇ ਜਿਹੜੇ ਨਵੇਂ ਸਿੰਗਰ ਆ ਇਹ ਮੇਰੇ ਗਾਣੇ ਗਾਉਂਦੇ ਆ ਛੱਲੇ ਮੁੰਦਿਆਂ ਗਾਣਾ ਦਲਜੀਤ ਦਸਾਂਝ ਵੀ ਮੇਰਾ ਗਾਉਂਦਾ ਸਟੇਜਾਂ ਤੇ ਤੇ ਮੈਨੂੰ ਇਹ ਨਹੀਂ ਕੋਈ ਇਤਰਾਜ਼ ਕਿ ਮੇਰਾ ਗਾਣਾ ਸਟੇਜ ਤੇ ਨਾ ਗਾਉਣ ਮੈਨੂੰ ਦੁੱਖ ਇਸ ਗੱਲ ਦਾ ਕਿ ਮੇਰੇ ਬਿਨਾ ਪੁੱਛੇ ਜਾਂ ਮੈਨੂੰ ਬਿਨਾ ਸਤਕਾਰ ਦਿੱਤੇ ਮੇਰਾ ਕੋਈ ਗਾਣਾ ਰਿਕਾਰਡ ਕਰਾਵੇ ਮੈਂ ਗਾਣੇ ਨਹੀਂ ਰਿਕਾਰਡ ਹੋਣ ਦਊਗਾ ਮੇਰਾ ਕੋਈ ਵੀ ਗਾਣਾ ਚੋਰੀ ਕਰੂਗਾ ਮੈਂ ਉਹਦੇ ਤੇ ਪੂਰੀ ਕਾਨੂੰਨੀ ਕਾਰਵਾਈ ਕਰੂੰਗਾ ਮੈਂ ਆਪਣਾ ਹੱਕ ਜਿਹੜਾ ਉਹ ਲੜਕੇ ਵੀ ਲਵਾਂਗਾ ਪਿਆਰ ਨਾਲ ਵੀ ਲਵਾਂਗਾ ਜੇ ਮੈ ਨਾਲ ਸਮਝੌਤਾ ਕਰ ਲੈਣਗੇ ਜੀ ਮੈਨੂੰ ਕੋਈ ਇਤਰਾਜ਼ ਨਹੀਂ ਆਪਣੀ ਫਿਲਮ ਦੇ ਵਿੱਚੋਂ ਗਾਣਾ ਕੱਢ ਦੇਣ ਆਪਣਾ ਟਾਈਟਲ ਚੇਂਜ ਕਰ ਲੈਣਾ ਛੱਲੇ ਮੁੰਦਿਆਂ ਦਾ ਆਪਣੀ ਫਿਲਮ ਰਿਲੀਜ਼ ਕਰਨ ਮੈਨੂੰ ਨੋਬਜੈਕਸ਼ਨ ਮੈਂ ਕੋਈ ਅਬਜੈਕਸ਼ਨ ਨਹੀਂ ਕਰੂੰਗਾ ਇਹ ਤੁਹਾਡੇ ਕਹਿਣਾ ਕਿ ਤਦ ਤੱਕ ਤੁਸੀਂ ਫਿਲਮ ਰਿਲੀਜ਼ ਨਹੀਂ ਹੋਣ ਦੋਗੇ ਬਿਲਕੁਲ ਇਹ ਫਿਲਮ ਓਨੀ ਦੇਰ ਰਿਲੀਜ਼ ਨਹੀਂ ਹੋਊਗੀ ਜਿੰਨੀ ਦੇਰ ਅਸੀਂ ਲੈ ਕੇ ਨਹੀਂ ਦੰਦੇ ਜਾਂ ਗੌਰਵ ਭਾਜੀ ਦੇ ਨਾਲ ਜਾਂ ਸ਼ਾਰੀ ਭਾਜੀ ਨਾਲ ਜਾਂ ਮੇਰੇ ਨਾਲ ਬੈਠ ਕੇ ਗੱਲਬਾਤ ਨਹੀਂ ਕਰਦੇ ਜਾਂ ਸਾਡਾ ਨਾ ਫੈਸਲਾ ਨਹੀਂ ਕਰਦੇ ਓਨੀ ਦੇਰ ਛੱਲੇ ਮੁੱਦੀਆਂ ਟਾਈਟਲ ਹੀਟ ਐਮੀ ਬੈਰ ਕਲਵਿੰਦਰ ਬਿੱਲੇ ਦੀ ਸੁਖਵਿੰਦਰ ਪਾਂਚੀ ਫਿਲਮ ਨਹੀਂ ਲੱਗਣੂਗਾ ਮੈਂ ਵਾਦਾ ਕਰਦਾ ਜੀ ਅੱਛਾ ਤੁਸੀਂ ਗੱਲ ਕੀਤੀ ਗੀਤ ਮਿੱਠੇ ਲਾਰੇ ਦੀ ਜੀ ਬਹੁਤ ਗਾਣਾ ਸੋਹਣਾ ਮੈਨੂੰ ਵੀ ਬਹੁਤ ਪਰਸਨਲੀ ਪਸੰਦ ਆ ਉਸ ਗੀਤ ਦੇ ਬੋਲ ਆਪਾਂ ਦਰਸ਼ਕਾਂ ਦੇ ਰੂਬਰੂ ਕਰਦੇ ਹਾਂ ਜੀ ਅੱਜ ਕੱਲ ਦੇ ਨਵੇਂ ਜਿਹੜੇ ਜੰਗ ਬੱਚੇ ਆ ਉਹ ਇਸ ਮੇਰੇ ਗੀਤ ਨੂੰ ਬਹੁਤ ਪਸੰਦ ਕਰਦੇ ਆ ਸੋ ਮੈਨੂੰ ਵੀ ਚੰਗਾ ਲੱਗਦਾ ਤੇ ਲੋਕਾਂ ਨੂੰ ਵੀ ਚੰਗਾ ਲੱਗਦਾ ਤੋ ਪੇਸ਼ ਕਰਾਂ ਮੇਰਾ ਆਪਣਾ ਰਿਕਾਰਡ ਗੀਤ ਛੱਲੇ ਹੁਣ ਤੈਨੂੰ ਚੰਗਾ ਲੱਗਦਾ ਮੈਂ ਨੀ ਮਿੱਠੇ ਲਾਰੇ ਲਾ ਕੇ ਮੁਕਰ ਗਈ ਤੂੰ ਛੱਲੇ ਮੁੰਡੀਆਂ ਪੰਛੀ ਦੀਆਂ ਪਾ ਕੇ ਮੁਕਰ ਗਈ ਝੂਠੀਏ ਕਸਮਾਂ ਖਾ ਕੇ ਮੁਕਰ ਗਈ ਸੌ ਸੌ ਕਸਮਾਂ ਖਾ ਕੇ ਮੁਕਰ ਗਈ ਸਭ ਕੁਝ ਲੁੱਟ ਲਿਆ ਤੈ ਨੀ ਹੁਣ ਤੈਨੂੰ ਚੰਗਾ ਨਹੀਂ ਲੱਗਦਾ ਚੰਗਾ ਨਹੀਂ ਲੱਗਦਾ ਮੈਂ ਨੀ ਹੁਣ ਤੈਨੂੰ ਚੰਗਾ ਨਹੀਂ ਲੱਗਦਾ ਸਾਹਾਂ ਵਿੱਚ ਸਾ ਭਰਨ ਵਾਲੀ ਏ ਤੂੰ ਨજર ਨਾ ਅੱਜ ਕੱਲਿਆਂ ਮੈਂ ਨੀ ਨજર ਨਾ ਅੱਜ ਕੱਲਿਆਂ ਮੈਂ ਤੂੰ ਨજર ਨਾ ਅੱਜ ਕੱਲਿਆਂ ਮੈਂ ਨੀ ਸਾਨੂੰ ਛੱਡ ਕੇ ਕਿਸ ਗੱਬਰੂ ਦੇ ਤੂੰ ਸੁੱਤੇ ਭਾਗ ਜਗਾਵੇਂ ਨੀ ਸੁੱਤੇ ਭਾਗ ਜਗਾਵੇਂ ਨੀ ਸੁੱਤੇ ਭਾਗ ਜਗਾਵੇਂ ਨੀ ਗੈਰਾ ਨਾਲ ਹਾਏ ਜਰਾਨੇ ਪਾ ਕੇ ਸੁੱਟ ਗਈ ਸਾਡਾ ਨੀ ਹੁਣ ਤੂੰ ਪਿਆਰ ਬਗਾ ਕੇ ਕਦੇ ਮੈਨੂੰ ਸੀਨੇ ਨਾਲ ਲਾ ਕੇ ਨੀ ਕਦੇ ਮੈਨੂੰ ਸੀਨੇ ਨਾਲ ਲਾ ਕੇ

ਪੰਜਾਬੀ ਗਾਇਕ ਆ। ਸੋ ਇਸੇ ਦੇ ਨਾਲ ਇੱਕ ਗੀਤ ਅਜਿਹਾ ਸੀ ਸਿੱਧੂ ਮੂਸੇਵਾਲੇ ਦੀ ਗੀਤ ਦੇ ਵਿੱਚ ਜਸਵਿੰਦਰ ਬਰਾੜ ਜੀ ਹੁਣਾਂ ਨੂੰ ਜਿਹੜਾ ਕ੍ਰੈਡਿਟ ਦੇ ਦਿੱਤਾ ਸੀ। ਜਦ ਕਿ ਜਸਵਿੰਦਰ ਬਰਾੜ ਜੀ ਵੀ ਤੁਹਾਡੇ ਗੀਤ ਗਾਉਂਦੇ ਨੇ। ਤੇ ਉਹਨੂੰ ਕਿਵੇਂ ਦੇਖਦੇ ਹੋ ਕਿ ਤੁਹਾਡਾ ਗਾਇਆ ਗੀਤ ਜਸਵਿੰਦਰ ਬਰਾੜ ਨੇ ਅੱਗੇ ਗਿਆ ਪਰ ਤੁਹਾਨੂੰ ਕ੍ਰੈਡਿਟ ਨਹੀਂ ਗਿਆ ਉਹ ਵੀ ਜਸਵਿੰਦਰ ਬਰਾੜ ਜੀ ਨੂੰ ਕ੍ਰੈਡਿਟ ਚ ਲਾਇਆ ਉਹ ਸਿੱਧੂ ਮੂਸੇਵਾਲਾ ਦਾ ਇੱਕ ਗਾਣਾ ਆਇਆ ਸੀਗਾ ਉਹਦੇ ਵਿੱਚ ਜਸਵਿੰਦਰ ਬਰਾੜ ਨੇ ਮੇਰੀਆਂ ਦੋ ਲੈਣਾ ਸਟੇਜ ਦੇ ਉੱਤੇ ਜਸਵਿੰਦਰ ਬਰਾੜ ਮੜੇ ਕਾਫੀ ਗਾਣੇ ਗਾਉਂਦੀ ਸਟੇਜਾਂ ਦੇ ਉੱਤੇ ਕਿਉਂਕਿ ਇੱਕ ਵਾਰੀ ਮੈਨੂੰ ਮਿਲੀ ਕਹਿੰਦੀ ਵੀ ਮੈਂ ਭਾਜੀ ਤੁਹਾਡੇ ਤੋਂ ਸ਼ੁਰੂ ਕੀਤਾ ਛੱਲੇ ਮੁੰਡਿਆਂ ਤੋਂ ਜੀ 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 ਤੇ ਉਸੇ ਟੇਪ ਦੇ ਵਿੱਚ ਮੇਰਾ ਉਹ ਗਾਣਾ ਸੀਗਾ ਹੂੰ ਸੱਜਣ ਬਣ ਕੇ ਦਗਾ ਕਮਾਉਣਾ ਸੋਹੰਦਾਰਾਂ ਦਿਲਦਾਰਾਂ ਨੂੰ ਵਿਆਹ ਕਰਵਾ ਕੇ ਯਾਰ ਹੰਡਾਉਣੇ ਜੱਜ ਦੇ ਨਾਂ ਮਟੈਰਾਂ ਨੂੰ ਜੀ ਉਹਦੇ ਵਿੱਚ ਲਾਈਨ ਸੀਗੀ ਮਾੜੇ ਨੂੰ ਦਬਕਾਉਣਾ ਕਹਦਾ ਜੋ ਪਹਿਲਾਂ ਹੀ ਕਾਬਰ ਦਾ ਆਉਂਦਾ ਫੇਰ ਸਵਾਦ ਜੇ ਅੱਗੇ ਹੋਵੇ ਪੁੱਤ ਬਰਾਬਰ ਦਾ ਨਹੀਂ ਸੋਰਮਾ ਸੋਹੰਦਾ ਚੁੱਕਦਾ ਮਾੜੇ ਤੇ ਤਲਵਾਰਾਂ ਨੂੰ ਸੱਜਣ ਬਣ ਕੇ ਦਗਾ ਕਮਾਉਣਾ ਸੋਹੰਦਾਂ ਦਿਲਦਾਰਾਂ ਨੂੰ ਇਹ ਲਾਈਨਾਂ ਮੇਰੀਆਂ ਹਨ ਵਰਤੀਆਂ ਸੀਗੀਆਂ ਜੀ 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 ਤੇ ਉਸ ਤੋਂ ਬਾਅਦ ਜਦੋਂ ਤੁਹਾਨੂੰ ਉਹ ਉਹ ਵੀ ਕ੍ਰੈਡਿਟ ਨਹੀਂ ਮਿਲਿਆ ਤਾਂ ਕਿਵੇਂ ਦੇਖਦੇ ਹੋ ਕਿ ਇੰਡਸਟਰੀ ਦੇ ਵਿੱਚ ਇਹ ਸਭ ਚੱਲ ਕਿਵੇਂ ਰਿਹਾ ਕਿਉਂਕਿ ਮੈਂ ਜੇ ਕਹਾਂ ਕਿ ਮੇਰਾ ਕ੍ਰੈਡਿਟ ਕੋਈ ਹੋਰ ਲੈ ਜਾਏ ਹਰਟ ਹੁੰਦਾ ਦੁੱਖ ਪਹੁੰਚਦਾ ਸੁੱਠੀਸ ਪਹੁੰਚਦੀ ਹੈ ਕਿਵੇਂ ਦੇਖਦੇ ਹੋ ਤੇ ਕੀ ਸੰਦੇਸ਼ ਦੇਣਾ ਚਾਹੋਗੇ ਫਿਰ ਇਸ ਇਸ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਜਿਹੜੇ ਨਵੇਂ ਕਲਾਕਾਰ ਆ ਜਾਂ ਨਾ ਮੈਂ 뮤직 ਡਾਇਰੈਕਟਰ ਆ ਜਾਂ ਕੋਈ ਵੀ ਮੇਰੇ ਭੈਣ ਭਰਾ ਮੇਰੇ ਕੋਈ ਗੌਣ ਵਾਲੀਆਂ ਬੀਬੀਆਂ ਜਾਂ ਗੌਣ ਵਾਲੇ ਮੇਰੇ ਦੋਸਤ ਸੱਜਣ ਮਿੱਤਰ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਪਹਿਲਾਂ ਤਾਂ ਕਿਸੇ ਦਾ ਗਾਣਾ ਚੱਕੋ ਨਾ ਜੀ ਜੇ ਕਿਸੇ ਦਾ ਗਾਣਾ ਚੱਕਿਆ ਜਾਂ ਕਿਸੇ ਦੀ ਲਾਈਨ ਲਈ ਆ ਜਾਂ ਕਿਸੇ ਦੀ ਕੰਪੋਜੀਸ਼ਨ ਚੱਕੀ ਆ ਤੁਸੀਂ ਗਾਇਆ ਉਹਦੇ ਵਿੱਚ ਉਹਨੂੰ ਪਹਿਲਾਂ ਦੱਸੋ ਵੀ ਫਲਾਣੇ ਭਾਜੀ ਮੈਂ ਸਿੰਗਰ ਦਾ ਜਿਹੜਾ ਗਾਣਾ ਆ ਉਹ ਦੋ ਲਾਈਨਾਂ ਯੂਜ਼ ਕਰ ਰਿਹਾ ਮੈਂ ਉਹਨਾਂ ਦੀ ਰਿਸਪੈਕਟ ਕਰਦਾ ਮੈਂ ਸਤਿਕਾਰ ਕਰਦਾ ਹਾਂ ਇੱਕ ਤੇ ਸਾਡਾ ਮਾਣ ਵਧੂਗਾ ਇੱਕ ਸਾਡਾ ਕੋਈ ਰੋਲਾ ਨਹੀਂ ਪਾਊਗਾ ਰੋਲਾ ਤਾਂ ਇਸੇ ਗੱਲ ਦਾ ਨਾ ਵੀ ਉਹ ਆਪ ਅੱਗੇ ਆਉਣਾ ਚਾਹੁੰਦੇ ਆ ਸਾਨੂੰ ਪਿੱਛੇ ਰੱਖਦੇ ਆ ਸਾਡੀ ਕੀਤੀ ਮਿਹਨਤ ਦੇ ਉੱਤੇ ਜੇ ਕੋਈ ਹੋਰ ਹੱਕ ਜਮਾਵੇ ਜਾਂ ਕੋਈ ਕਬਜ਼ਾ ਕਰੇ ਅਸੀਂ ਇਦਾਂ ਕਬਜ਼ੇ ਨਹੀਂ ਹੋਣ ਦਿੰਦੇ ਅਸੀਂ ਹਜੇ ਮਾਰਕੀਟ ਦੇ ਵਿੱਚ ਠੀਕ ਠਾਕ ਆ ਕੰਮ ਕਰਦੇ ਆ ਇੱਕ ਤਾਂ ਹੁੰਦਾ ਨਾ ਬੰਦੇ ਨੇ ਕੰਮ ਛੱਡ ਦਿੱਤਾ ਜੀ 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 ਵੀ ਉਹ ਬੰਦਾ ਭਾਜੀ ਪਤਾ ਨਹੀਂ ਕਿੱਥੇ ਚਲ ਗਿਆ ਮੈਨੂੰ ਲੱਭਿਆ ਨਹੀਂ ਜਿਉ ਲੋਪ ਹੋ ਗਿਆ ਉਹਦਾ ਫੋਨ ਨੰਬਰ ਹੈ ਨਹੀਂ ਮੇਰੇ ਕੋਲ ਜਾਂ ਉਹ ਪਤਾ ਨਹੀਂ ਕਿੱਥੇ ਰਹਿੰਦਾ ਆ ਜੀ ਮੈਂ ਵੀ ਅਵੇਲੇਬਲ ਮਾਰਕੀਟ ਦੇ ਵਿੱਚ ਆ ਪ੍ਰੋਗਰਾਮ ਕਰਦਾ ਥਰੋਅਆਊਟ ਵਰਲਡ ਜਾਣਾ ਅਮਰੀਕਾ ਕੈਨੇਡਾ ਇੰਗਲੈਂਡ ਯੂਰਪ ਸਾਰੀ ਜਗ੍ਹਾ ਮੈਂ ਪ੍ਰੋਗਰਾਮ ਕਰਦਾ ਜਿੱਥੇ ਜਿਹੜੇ ਲੋਕ ਉਹਨਾਂ ਨੂੰ ਜਾਣਦੇ ਉਹੀ ਲੋਕ ਮੈਨੂੰ ਜਾਣਦੇ ਆ ਕਿਤੇ ਇਹ ਨਾ ਸਮਝਣ ਨਵੇਂ ਕਲਾਕਾਰ ਵੀ ਅਸੀਂ ਬਹੁਤ ਬੌਂਸਰ ਰੱਖ ਲੈ ਨਾਲ ਜਾਂ ਅਸੀਂ ਗਨ ਮੈਂ ਰੱਖ ਲੈ ਨਾਲ ਵੀ ਅਸੀਂ ਪਤਾ ਨਹੀਂ ਕੀ ਬਣ ਗਏ ਜੀ ਤੁਸੀਂ ਕੁਝ ਨਹੀਂ ਤੁਸੀਂ ਇੱਕ ਸਿੰਗਰ ਹੋ ਜੀ ਤੁਸੀਂ ਉਨੀ ਮਿਹਨਤ ਆਪਣੇ ਗਾਣੇ ਤੇ ਕਰਿਆ ਕਰੋ ਜਿੰਨੀ ਬੌਂਸਰਾਂ ਤੇ ਜਾਂ ਜਿੰਨੀ ਆਪਣੇ ਡਰਾਮੇबाजी ਤੇ ਕਰਦੇ ਨਾ ਉਨੀ ਮਿਹਨਤ ਤੁਸੀਂ ਗਾਣੇ ਤੇ ਕਰਿਆ ਕਰੋ ਤਾਂ ਕਿ ਤੁਹਾਡੇ ਆਪਣੇ ਗਾਣੇ ਹੋਣ ਜੀ ਜੇ ਮੈਂ ਆਪਣੇ ਗਾਣੇ ਗਾਉਣਾ ਤੇ ਮੈਂ ਕਿਸੇ ਦੀ ਕਾਪੀ ਨਹੀਂ ਕਰਦਾ ਮੇਰਾ ਆਪਣਾ ਸਟਾਈਲ ਆ ਮੈਂ ਕਦੇ ਕਿਸੇ ਦਾ ਗਾਣਾ ਚੱਕਿਆ ਨਹੀਂ ਠੀਕ ਹੈ ਤੇ ਜੇ ਮੈਂ ਆਪਣੇ ਸਤਾਜ ਜੀ ਸ਼੍ਰੀ ਕੁਲਦੀਪ ਮਾਨਕ ਜੀ ਦਾ ਗਾਣਾ ਕੋ ਗਾਵਾਂ ਜੀ ਤੇ ਮੈਂ ਪਹਿਲਾਂ ਦੱਸਦਾ ਕਿ ਮੇਰੇ ਉਸਤਾਦ ਜੀ ਸ਼੍ਰੀ ਕੁਲਦੀਪ ਮਾਨਕ ਜੀ ਉਹਨਾਂ ਦਾ ਮੈਂ ਗਾਣਾ ਗਾ ਰਿਹਾ ਹਾਂ ਜੀ ਅੱਛਾ ਤੁਸੀਂ ਉਸਤਾਦ ਕੁਲਦੀਪ ਮਾਨਕ ਹੋਣਾਂ ਦੀ ਗੱਲ ਕੀਤੀ ਹੈ ਨਾ ਅਖਾੜਿਆਂ ਦਾ ਜ਼ਿਕਰ ਹੋਇਆ ਤੁਹਾਡੀ ਮੁਲਾਕਾਤ ਕੁਲਦੀਪ ਮਾਨਕ ਜੀ ਨਾਲ ਅਖਾੜੇ ਤੇ ਹੋਈ ਸੀ ਉਸ ਮੁਲਾਕਾਤ ਦਾ ਕਿੱਸਾ ਵੀ ਜ਼ਰੂਰ ਦਰਸ਼ਕਾਂ ਦੇ ਨਾਲ ਸਾਂਝਾ ਕਰੋ ਮੇਰੇ ਉਸਤਾਦ ਜੀ ਨਾ ਮੇਰੇ ਪਿੰਡ ਆ ਇਸ ਗੌਂਦ ਵਸਦੇ ਤੇ ਉਸ ਵੇਲੇ ਉਹਨਾਂ ਨੇ 750 ਰੁਪਏ ਲਿਆ ਸੀਗਾ 1978 ਦੀ ਗੱਲ ਹੈ ਤੇ ਮੈਂ ਸਤਾ ਜੀ ਤਿਆਰ ਹੋ ਰਿਹਾ ਸੀ ਕਮਰੇ ਚ ਮੈਂ ਜਾ ਕੇ ਦਰਵਾਜਾ ਖੜਕਾਇਆ ਤੇ ਇੱਕ ਬੈਠੇ ਸੀ ਮਾਸਟਰ ਜੀ ਨਾਲ ਉਹਨਾਂ ਦੇ ਬਾਹਰ ਤੇ ਮੈਨੂੰ ਕਹਿੰਦੇ ਹਾਂ ਵੀ ਕਾਕਾ ਦੱਸ ਕੀ ਕਰਨਾ ਮੈਂ ਕਿਹਾ ਜੀ ਮੈਂ ਗਾਣਾ ਗਾਉਣਾ ਹੂੰ ਉਹ ਕਹਿੰਦੇ ਗਾਣਾ ਗਾਉਣਾ ਤਾਂ ਮੈਂ ਕਿਹਾ ਕਹਿੰਦੇ ਮਾਨਕ ਸਾਹਿਬ ਨੂੰ ਬੁਲਾਉਣੇ ਉਹਨਾਂ ਨੇ ਮਾਨਕ ਸਾਹਿਬ ਨੂੰ ਬੁਲਾਇਆ ਤੇ ਮਾਨਕ ਸਾਹਿਬ ਹੁਣੇ ਤਿਆਰ ਹੋ ਰਹੇ ਸੀ ਅੰਦਰ ਜੀ ਧਾਰਮਿਕ ਪ੍ਰੋਗਰਾਮ ਸੀ ਪੱਗ ਬੰਨ ਰਹੇ ਸੀਗੇ ਤੇ ਮੈਂ ਜਾ ਕੇ ਸਾਸਿਕਾ ਬੁਲਾਇਆ ਮੈਂ ਕਿਹਾ ਜੀ ਸਾਸਿਕਾ ਗਾਲ ਕਹਿੰਦੇ ਸਾਸਿਕਾ ਕਹਿੰਦੇ ਹਾਂ ਵੀ ਕਾਕਾ ਦੱਸ ਹੂੰ ਹੂੰ ਮੈਂ ਕਿਹਾ ਜੀ ਮੈਂ ਗਾਣਾ ਗਾਉਣਾ ਹੁਣ ਮੈਂ ਕਿਹਾ ਮੈਂ ਤੁਹਾਡਾ ਗਾਣਾ ਗਾਉਣਾ ਹੂੰ ਤੇ ਕਹਿੰਦੇ ਮੈਂ ਕੀ ਗਾਉਂਗਾ ਮੈਂ ਕਿਹਾ ਤੁਸੀਂ ਹੋਰ ਗਾਣਾ ਗਾ ਲਓ ਉਹਨਾਂ ਨੇ ਦੇਖਿਆ ਵੀ ਛੋਟਾ ਜਿਹਾ ਬੱਚਾ ਇੰਨਾ ਕੌਨਫੀਡੈਂਸ ਵਾਲਾ ਉਹ ਕਹਿੰਦਾ ਵੀ ਇਦਾਂ ਕਰੀ ਜਾ ਸਾਡੀ ਸਟੇਜ ਸ਼ੁਰੂ ਹੋ ਗਈ ਨਾ ਤੂੰ ਸਟੇਜ ਤੇ ਜਾ ਕੇ ਪ ਤੇ ਉਹਦੇ ਵਿੱਚੋਂ 50 ਰੁਪਏ ਮੈਨੂੰ ਦਿੱਤੇ 50 ਰੁਪਏ ਸਾਡੇ ਗੁਰੂ ਘਰ ਚਾੜ ਦਿੱਤੇ ਤੇ ਮਾਨਕ ਸਾਹਿਬ ਦੀ ਬੱਲੇ ਬੱਲੇ ਹੋ ਗਈ ਉਸ ਤੋਂ ਬਾਅਦ ਫਿਰ ਮੈਨੂੰ ਉਹ ਕਹਿੰਦੇ ਵੀ ਤੂੰ ਸਾਡੇ ਨਾਲ ਰਲ ਜਾ ਜੀ ਫਿਰ ਮੈਂ 8-9 ਸਾਲ ਉਹਨਾਂ ਦੇ ਨਾਲ ਰਿਹਾ ਤੇ ਜੇਠਾ ਸ਼ਗਿਰਦ ਕਰਕੇ ਤੁਸੀਂ ਉਹਨਾਂ ਨਾਲ ਜਾਣਗੇ ਹਾਂ ਮੇਰੇ ਤੋਂ ਪਹਿਲਾਂ ਹੋਰ ਵੀ ਸੀਨੀਅਰ ਸ਼ਗਿਰਦ ਜੀ ਦਾ ਪ੍ਰੀਤਮ ਬਰਾੜ ਜੀ ਸੁਖਦੇਵ ਸਫਰੀ ਅਵਤਾਰ ਬੱਲ ਜੀ ਹੋਰ ਬਲਵਿੰਦਰ ਭਗਤਾ ਜੀ ਇਹ ਮੇਰੇ ਭਰਾ ਮੇਰੇ ਸਾਰੇ ਸ਼ਗਿਰਦ ਮਾਨਕ ਸਾਹਿਬ ਦੇ ਹੋਰ ਵੀ ਬਹੁਤ ਸਾਰੇ ਸ਼ਗਿਰਦ ਮਾਨਕ ਸਾਹਿਬ ਦੇ ਜੀ ਜੀ ਵੀ ਸਾਫ ਸਾਡੇ ਭਰਾ ਸਾਡੇ ਛੋਟੇ ਹੋਰ ਬਹੁਤ ਸਾਰੇ ਸ਼ਗਿਰਦਾਂ ਮੈਂ ਸਾਰਿਆਂ ਦਾ ਧੰ ਜੀ ਜੀ ਇਹ ਮੈਂ ਉਸ ਪਰਿਵਾਰ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਲੋਕਾਂ ਤੱਕ ਪਹੁੰਚਾਉਣ ਦਾ ਜਿਹੜਾ ਆਸ਼ੀਰਵਾਦ ਦਿੱਤਾ ਜੀ 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 ਅੱਛਾ ਕੁਲਦੀਪ ਮਾਨਕ ਜੀ ਉਹਨਾਂ ਦੀ ਗੱਲ ਦਾ ਜ਼ਿਕਰ ਆਪਾਂ ਕੀਤਾ ਕਿ ਤੁਸੀਂ 8 ਤੋਂ 9 ਸਾਲ ਉਹਨਾਂ ਨਾਲ ਰਹੇ ਹੋ ਸੋ ਇੱਕ ਮੌਕਾ ਆਇਆ ਸੀ ਜਿਹੜਾ ਕਿੱਸਾ ਮੈਂ ਚਾਹੁੰਨੀ ਆ ਕਿ ਤੁਸੀਂ ਦੱਸੋ ਇੱਕ ਵਾਰ ਤੁਸੀਂ ਪ੍ਰੋਗਰਾਮ ਲਗਾ ਕੇ ਆ ਰਹੇ ਸੀ ਉਦੋਂ ਉਹ ਪ੍ਰੋਗਰਾਮ ਲਗਾ ਕੇ ਆ ਰਹੇ ਸੀ ਤੇ ਤੁਸੀਂ ਜਿਹੜਾ ਮਤਲਬ ਕਿ ਅੱਗੇ ਵਧਿਓ ਤੁਸੀਂ ਪ੍ਰੋਗਰਾਮ ਲਾਇਆ ਹੁਣ ਗੁਰੂ ਨੇ ਦੇਖਿਆ ਮੇਰੇ ਮੇਰੇ ਸ਼ਗਿਰਦ ਨੇ ਪ੍ਰੋਗਰਾਮ ਲਾਇਆ ਪਰ ਤਨੂੰ ਉੱਥੇ ਕੁੱਟ ਪਈ ਕਿਉਂ ਉਹਦੇ ਪਿੱਛੇ ਦਾ ਕੀ ਕਾਰਨ ਸੀ ਕਿ ਕਿੱਸਾ ਅਸੀਂ ਨਾ ਅਮਨ ਜੀ ਆ ਰਹੇ ਸੀਗੇ ਮਲੋਟ ਤੋਂ ਪ੍ਰੋਗਰਾਮ ਕਰਕੇ ਹਮ ਤੇ ਜਦੋਂ ਮੇਰਾ ਗਾਣਾ ਛਲੇ ਮੁੰਡੀਆਂ ਹਿੱਟ ਹੋਇਆ ਹਮ ਤੇ ਗੁਰੂ ਜੀ ਵੀ ਆ ਰਹੇ ਸੀ ਰਸਤੇ 'ਚ ਗੱਡੀ ਉਹਨਾਂ ਦੀ ਖੜੀ ਸੀ ਤਾਂ ਮੈਂ ਦੇਖ ਕੇ ਰੋਕਿਆ ਤੇ ਜੀ ਮੈਨੂੰ ਕਹਿੰਦੇ ਕਿਧਰ ਆ ਬਈ ਮੈਂ ਕਿਹਾ ਜੀ ਮੈਂ ਪ੍ਰੋਗਰਾਮ ਤੋਂ ਆ ਕਿਹੜੇ ਪ੍ਰੋਗਰਾਮ ਤੋਂ ਹੂੰ ਮੈਂ ਕਿਹਾ ਜੀ ਸਾਡਾ ਉੱਥੇ ਪ੍ਰੋਗਰਾਮ ਸਜਾ ਤੂੰ ਵੀ ਪ੍ਰੋਗਰਾਮ ਲਾਉਣ ਲੱਪਿਆ ਮੈਂ ਕਿਹਾ ਹਾਂਜੀ ਗੁਰੂ ਜੀ ਤੁਹਾਡੇ ਅਸ਼ੀਰਵਾਦ ਤੇ ਕਹਿੰਦੇ ਚੱਲ ਸਾਡੀ ਗੱਡੀ 'ਚ ਬਹਿ ਜਾ ਮੈਂ ਫਿਰ ਉਹਨਾਂ ਦੀ ਗੱਡੀ 'ਚ ਬਹਿ ਗਿਆ ਤੇ ਗੁਰੂ ਜੀ ਦੇ ਨਾਲ ਤਿੰਨ ਚਾਰ ਬੀਬੀਆਂ ਸੀ ਗਾਉਣ ਵਾਲੀਆਂ ਹੂੰ ਹੂੰ ਤੇ ਗੁਰੂ ਜੀ ਦੇ ਕੋਲ ਇੱਕ ਛੋਟੀ ਸਗੀ ਛੋਟੀ ਜੀ ਹੂੰ ਉਹਨਾਂ ਨੇ ਮੋਗੇ ਤੱਕ ਮੇਰੇ ਮੇਰੇ ਖਾਲਸ ਸੋ 200 ਛੋਟੀ ਮਾਰੀ ਹੋਣੀ ਆ ਅੱਛਾ ਮੈਨੂੰ ਉਹ ਕੁੱਟੀ ਗਏ ਗੱਡੀ ਦੇ ਵਿੱਚ ਹੂੰ ਤੇ ਉਹ ਨਾਲ ਜਿਹੜੀਆਂ ਗਾਉਣ ਵਾਲੀਆਂ ਬੀਬੀਆਂ ਸੀਗੀਆਂ ਹੂੰ ਉਹ ਦੇਖਦੀਆਂ ਵੀ ਇਹ ਐਡਾ ਵੱਡਾ ਸਟਾਰ ਆ ਜਾਂ ਇਹਦਾ ਗਾਣਾ ਬਹੁਤ ਚੱਲਦਾ ਜਾਂ ਬਹੁਤ ਮਸ਼ਹੂਰ ਆ ਵੀ ਮਾਨਕ ਸਾਹਿਬ ਇਹਨੂੰ ਕੁੱਟੀ ਜਾਂਦੇ ਆ ਹੂੰ ਤੇ ਉਹ ਮੈਨੂੰ ਕੁੱਟਦੇ ਆ ਤੇ ਮੈਂ ਬੋਲਿਆ ਨਹੀਂ ਅੱਛਾ ਤੇ ਮੈਂ ਮੈਂ ਕੁਝ ਨਹੀਂ ਬੋਲਿਆ ਕੋਈ ਗੱਲਬਾਤ ਨਹੀਂ ਕੀਤੀ ਹੂੰ ਤੇ ਉਹ ਜਦੋਂ ਦਿਲ ਕਰਿਆ ਕਰ ਮੇਰੇ ਦਾ ਮਾਰ ਦਿਆ ਕਰ ਹੂੰ ਤੇ ਜਦੋਂ ਮੋਗੇ ਦੇ ਕੋਲ ਆਏ ਤਾਂ ਫਿਰ ਰੋਣ ਲੱਪੇ ਹੂੰ ਮੈਂ ਕਿਹਾ ਜੀ ਕੀ ਹੋ ਗਿਆ ਕਹਿੰਦੇ ਵੀ ਅੱਜ ਤੇਰਾ ਆਖਰੀ ਹਮਤਿਆਰ ਲੈਣਾ ਸੀਗਾ ਹੂੰ ਤੇ ਮੈਂ ਕਹਾਂ ਵੀ ਮੈਂ ਉਹਦੇ ਚੋਂ ਪਾਸ ਹੋਇਆ ਕਿ ਨਹੀਂ ਹੂੰ ਕਹਿੰਦੇ ਅੱਜ ਤੂੰ ਉਹਦੇ ਚੰਮੀ ਪਾਸ ਹੋ ਗਿਆ। ਕੀ ਬਾਤ। ਵੀ ਤੂੰ ਮੇਰਾ ਪੱਕਾ ਸ਼ਗਿਰਦ ਆ। ਹੂੰ ਤੇ ਗੁਰੂ ਜੀ ਨੇ ਮੈਨੂੰ ਕਾਫੀ ਵਾਰੀ ਸਟੇਜਾਂ ਤੇ ਵੀ ਕੁੱਟਿਆ ਮੈਨੂੰ ਮੇਰੇ ਜਦੋਂ ਮਰਜ਼ੀ ਥੱਪੜ ਮਾਰ ਦੇਣਾ ਸਟੇਜ ਤੇ। ਹੂੰ ਹੂੰ ਤੇ ਅੱਜ ਕੱਲ ਦੇ ਸ਼ਗਿਰਦਾਂ ਨੂੰ ਇਹ ਨਹੀਂ ਪਤਾ ਵੀ ਗੁਰੂ ਕੀ ਚੀਜ਼ ਆ, ਮਾਂ ਪਿਓ ਕੀ ਚੀਜ਼ ਆ। ਗੁਰੂ ਜਿਹੜਾ ਆ ਗੁਰੂ ਬਿਨਾ ਗੱਤ ਨਹੀਂ, ਸ਼ਾਹ ਬਿਨਾ ਪਤ ਨਹੀਂ ਸਹਿਣ ਕਹਿੰਦੇ ਲੋਕ। ਵੀ ਗੁਰੂ ਹੋਣਾ ਬਹੁਤ ਜ਼ਰੂਰੀ ਆ। ਜਿਸ ਬੰਦੇ ਦਾ ਗੁਰੂ ਨਹੀਂ ਜੀ ਉਹ ਬੇਗੁਰਾ ਬੰਦਾ ਲੋਕ ਉਹਦੇ ਮੱਥੇ ਲੱਗਣਾ ਨਹੀਂ ਪਸੰਦ ਕਰਦੇ। ਪਰ ਅੱਜ ਕੱਲ ਦੇ ਜਿਹੜੇ ਗਾਉਣ ਵਾਲੇ ਇਹਨ ਕੀਤੀ ਉਹਨੂੰ ਆਈ ਟਿਊਨ ਕਰਕੇ ਉਹਨੂੰ ਉਹਨੂੰ ਰਿਕਾਰਡਿੰਗ ਕਰਕੇ ਮਿਕਸਿੰਗ ਕਰਕੇ ਮਿਊਜ਼ਿਕ ਬਣਾ ਕੇ ਵੀਡੀਓ ਬਣਾ ਕੇ ਲੋਕਾਂ ਤੱਕ ਪਹੁੰਚਾ ਦੇਣੀ ਨਕਲੀ ਵਿਊ ਲੈ ਲੈਣੇ ਜਾਂ ਨਕਲੀ ਸਾਰਾ ਡਰਾਮਾ ਕਰਨਾ ਉਹ ਸਾਨੂੰ ਨਹੀਂ ਕਰਨਾ ਆਉਂਦਾ ਅਸੀਂ ਅੱਜ ਵੀ ਬਜਟ ਔਲਕਣਾ ਗਾਉਣ ਵਾਲੇ ਕਲਾਕਾਰ ਆ ਸਾਨੂੰ ਜਿੱਥੇ ਮਰਜੀ ਸਾਨੂੰ ਚੰਗੀ ਸਾਊਂਡ ਤੇ ਗਵਾ ਲਓ ਅਸੀਂ ਚੰਗੀ ਤੇ ਵੀ ਗਾ ਦੇਣਾ ਸਾਨੂੰ ਮਾੜੀ ਤੇ ਗਵਾ ਦੋ ਅਸੀਂ ਮਾੜੀ ਸਾਊਂਡ ਤੇ ਵੀ ਗਾ ਦੇਣਾ ਜੀ ਜੇ ਸਾਨੂੰ ਥੋੜੇ ਬੰਦਿਆਂ ਚ ਕਿਹਾ ਅਸੀਂ ਉੱਥੇ ਵੀ ਗਾ ਦੇਣਾ ਸਾਨੂੰ ਜਿਆਦੇ ਲੋਕਾਂ ਚ ਕਿਹਾ ਅਸੀਂ ਉੱਥੇ ਵੀ ਗਾ ਦੇਣਾ ਕਿਉਂਕਿ ਅਸੀਂ ਲੋਕਾਂ ਦੇ ਗੁਬਈਏ ਆ ਨਾ ਕਿ ਅਸੀਂ ਕਿਸੇ ਖਾਸ ਲੋਕਾਂ ਦੇ ਗਵਈਏ ਨਹੀਂ ਅਸੀਂ ਸਾਰੀ ਦੁਨੀਆ ਦੇ ਗਵਈਏ ਆ ਜੀ ਅੱਛਾ ਗੱਲ ਕਰਾਂ ਤੁਸੀਂ ਗਾਇਕ ਮਰਹੂਮ ਗਾਇਕ ਜਦਨੇ ਸਰਦੂਲ ਸਿਕੰਦਰ ਜੀ ਹੋਗੇ ਬੂਟਾ ਮੁਹੰਮਦ ਜੀ ਹੋਗੇ ਤੁਸੀਂ ਇਕੱਠਿਆਂ ਨੇ ਕੁਲਦੀਪ ਮਾਨਕ ਜੀ ਦੇ ਨਾਲ ਸਟੇਜਾਂ ਸਾਂਝੀਆਂ ਕੀਤੀਆਂ ਸਟੇਜਾਂ ਤੇ ਕੰਮ ਕੀਤਾ ਕੋਈ ਅਜੇ ਹੀ ਯਾਦ ਕਿਉਂਕਿ ਸਰਦੂਲ ਸਿਕੰਦਰ ਜੀ ਨੂੰ ਲੋਕ ਬਹੁਤ ਪਿਆਰ ਕਰਦੇ ਨੇ ਤੇ ਉਹ ਹੁਣ ਇਸ ਦੁਨੀਆ ਦੇ ਵਿੱਚ ਨਹੀਂਗੇ ਪਰ ਫਿਰ ਵੀ ਜਦੋਂ ਉਹਨਾਂ ਦੇ ਬਾਰੇ ਲੋਕ ਸੋਚਦੇ ਨੇ ਅੱਖਾਂ ਨਮ ਹੁੰਦੀਆਂ ਨੇ ਕੋਈ ਅਜਿਹੀ ਯਾਦ ਜਿਹੜੀ ਤੁਸੀਂ ਸਾਂਝੀ ਕਰਨਾ ਚਾਹੋ ਸਰਦੋਲ ਸਕੰਦਰ ਔਰ ਮੈਂ ਬੂਟਾ ਮੁਹੰਮਦ ਅਸੀਂ ਮਾਨਕ ਸਾਹਿਬ ਦੇ ਨਾਲ ਜਦੋਂ ਕੰਮ ਕਰਦੇ ਸੀਗੇ ਮੈਂ ਦੱਸਣਾ ਚਾਹਣਾ ਲੋਕਾਂ ਨੂੰ ਹੋ ਸਕਦਾ ਬਹੁਤ ਸਾਰੇ ਲੋਕਾਂ ਨੂੰ ਸਾਡੇ ਕਿਸੇ ਕਹਾਣੀਆਂ ਨਾ ਪਤਾ ਹੋਣ ਅਸੀਂ ਮਾਨਕ ਸਾਹਿਬ ਦੇ ਨਾਲ ਜਾਂਦੇ ਰ ਸਾਨੂੰ 30 ਤੋਂ 40 ਰੁਪਏ ਇੱਕ ਪ੍ਰੋਗਰਾਮ ਦੀ ਪੇਮੈਂਟ ਮਿਲਦੀ ਰਹੀ ਆ ਤੇ ਮਨ ਉਸ ਗੱਲ ਦਾ ਮਾਣ ਹੈ ਕਿ ਸਰਦੂਲ ਸਕੰਦਰ ਨੇ ਜੀ ਇਹ ਮੇਰੇ ਬਹੁਤ ਸਾਰੇ ਗੀਤਾਂ ਚ ਮਿਊਜ਼ਿਕ ਦਿੱਤਾ ਮੇਰੀ ਪੂਰੀ ਟੇਪ ਹੀਰੇ ਧੋਕੇ ਬਾਜ ਨਿਕਲੀ ਲੋਕ ਨੈਟ ਤੇ ਸਰਚ ਕਰ ਸਕਦੇ ਆ ਜੀ ਤੇ ਸਾਡੇ ਵਿੱਚ ਉਹ ਅੱਜ ਨਹੀਂ ਰਿਹਾ ਹਮ ਅਸੀਂ ਉਹਨੂੰ ਸ਼ਰਦਾ ਦੇ ਫੁੱਲ ਭੇਟ ਕਰਦੇ ਆ ਸਰਦੂਲ ਸਕੰਦਰ ਸਾਡਾ ਇੱਕ ਬਹੁਤ ਵਧੀਆ ਦੋਸਤ ਸਾਡਾ ਭਰਾ ਸੀਗਾ ਹਮ ਮੇਰਾ ਸਰਦੂਲ ਸਕੰਦਰ ਦਾ ਤੇ ਬੂਟੇ ਮੁਹੰਮਦ ਦਾ ਬਹੁਤ ਪਿਆਰ ਸੀ ਕਿਸੇ ਵਕਤ ਵਿੱਚ ਹਮ ਤੇ ਹੌਲੀ ਹੌਲੀ ਸਾਡਾ ਆਪਣਾ ਕੰਮ ਚੱਲਿਆ ਸਾਰਿਆਂ ਦਾ ਹਮ ਤੇ ਪ੍ਰਮਾਤਮਾ ਨੇ ਸਾਰਿਆਂ ਨੂੰ ਮਾਣ ਬਖਸ਼ਿਆ ਸਰਦੂਲ ਸਕੰਦਰ ਨੇ ਮੇਰੇ ਸਾਰੇ ਬਹੁਤ ਸਾਰੇ ਗੀਤਾਂ ਦੇ ਵਿੱਚ ਮਿਊਜ਼ਿਕ ਦਿੱਤਾ ਹੂੰ ਜਦਾਂ ਹੀਰੇ ਧੋਖੇ ਆਵਾਜ਼ ਨਿਕਲੀ ਮੇਰੀ ਪੂਰੀ ਟੇਪ ਹੂੰ ਇੱਕ ਸੱਜਣਾ ਦੂਰ ਦਿਆ ਉਹਦੇ ਵਿੱਚ ਦੋ ਗਾਣੇ ਹੰਸ ਰਾਜ ਦੇ ਦੋ ਸਰਦੂਲ ਸਕੰਦਰ ਦੇ ਦੋ ਮੇਰੇ ਦੋ ਸਰਦੂਲ ਭਾਜੀ ਦੇ ਵੱਡੇ ਭਾਜੀ ਗਮਦੂਰ ਅਮਨ ਜੀ ਦੋ ਗੀਤ ਉਹਨਾਂ ਦੇ ਸੱਜਣਾ ਦੂਰ ਦਿਆ ਐਸ ਅਸ਼ੋਕ ਪੋਰਾ ਜੀ ਨੇ ਢਾਡੀ ਅਮਰ ਸਿੰਘ ਸ਼ੌਂਕੀ ਦੀ ਯਾਦ ਵਿੱਚ ਇੱਕ ਟੇਪ ਕੀਤੀ ਸੀਗੀ ਉਹਦੇ ਵਿੱਚ ਸਾਡੇ ਦੋ ਦੋ ਗੀ ਸੀਗੇ ਉਹਦੇ ਵਿੱਚ ਵੀ ਸਰਦੂਲ ਸਕੰਦਰ ਦਾ ਮਿਊਜ਼ਿਕ ਸੀਗਾ ਜੀ अच्छा जीकर मैं हुन ਗੱਲ ਕਰਾਂ ਤੁਸੀਂ ਲੰਬਾ ਸਮਾਂ ਬ੍ਰੇਕ ਵੀ ਲਿਆ ਇਸ ਇੰਡਸਟਰੀ ਤੋਂ ਹਣਾ ਲੰਬੇ ਸਮੇਂ ਦੀ ਬ੍ਰੇਕ ਤੋਂ ਬਾਅਦ ਤੁਸੀਂ ਵਾਪਸ ਆਇਓ ਸੋ ਕਿਵੇਂ ਦੇਖਦੇ ਹੋ ਕਿਹੋ ਜਿਹੀ ਬਦਲਾਅ ਹੋ ਗਏ ਨੇ ਜਿੱਦਾਂ ਕਿ ਇੱਕ ਤਾਂ ਬਦਲਾਅ ਹੀ ਹੋ ਗਿਆ ਕਿ ਅੱਜਕੱਲ ਪੁਰਾਣੇ ਸਿੰਗਰਾਂ ਨੂੰ ਕ੍ਰੈਡਿਟ ਨਹੀਂ ਦਿੱਤਾ ਜਾਂਦਾ ਹਣਾ ਇੱਕ ਤਾਂ ਇਹ ਬਦਲਾਅ ਹੋਰ ਕਿਹੜਾ ਬਦਲਾਅ ਤੁਸੀਂ ਦੇਖਦੇ ਹੋ ਕਿ ਕੀ ਇੰਡਸਟਰੀ ਦੇ ਵਿੱਚ ਕਿੱਦਾਂ ਦਾ ਮਾਹੌਲ ਜਿਹੜਾ ਆ ਗਿਆ ਹੈ ਅੱਜਕੱਲ ਜਿਹੜੇ ਗਾਣੇ ਪਿਕਚਰਾਈਜ਼ ਕਰਦੇ ਆ ਸਾਡੇ ਵੀਡੀਓ ਡਾਇਰੈਕਟਰ ਮੈਂ ਇੱਕ ਤਾਂ ਵੀਡੀਓ ਡਾਇਰੈਕਟਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਗਾਉਣ ਵਾਲੇ ਪਰਾਂਵਾ ਮੋਰੇ ਵੀ ਹੱਥ ਜੋੜਨਾ ਚਾਹੁੰਦਾ ਵੀ ਜਿਹੜਾ ਸਾਡੇ ਪੰਜਾਬ ਦਾ ਕਲਚਰ ਆ ਜਿਹੜੇ ਪੰਜਾਬ ਦਾ ਸਾਡੇ ਦਾ ਮਾਹੌਲ ਜਿਹੜੇ ਗੈਂਗਸਟਰ ਗੀਤਾਂ ਦੇ ਵਿੱਚ ਦਿਖਾਉਨੇ ਆ ਜਾਂ ਤੁਸੀਂ ਨਸ਼ੇ ਨੂੰ ਪ੍ਰਮੋਟ ਕਰਦੇ ਹੋ ਜਾਂ ਨੰਗੇਜ ਨੂੰ ਪ੍ਰਮੋਟ ਕਰਦੇ ਹੋ ਜਾਂ ਜਿਹੜੀਆਂ ਚੀਜ਼ਾਂ ਸਾਡੇ ਪਰਿਵਾਰ ਦੇ ਵਿੱਚ ਅਸੀਂ ਬੈਠ ਕੇ ਦੇਖ ਨਹੀਂ ਸਕਦੇ ਜਿਹੜੀਆਂ ਸੁਣ ਨਹੀਂ ਸਕਦੇ ਤੁਸੀਂ ਉਹ ਜਿਹੜੀਆਂ ਚੀਜ਼ਾਂ ਯੂਜ਼ ਕਰਦੇ ਹੋ ਉਹਨਾਂ ਤੋਂ ਤੁਹਾਨੂੰ ਪਹਰੇਜ ਕਰਨਾ ਚਾਹੀਦਾ ਮੇਰੀ ਬੇਨਤੀ ਆ ਕਿਉਂਕਿ ਜੇ ਆਪਾਂ ਇਦਾਂ ਦੇ ਗਾਣੇ ਗਾਵਾਂਗੇ ਜਿਹੜੇ ਸਾਡੇ ਆਉਣ ਵਾਲੇ ਬੱਚੇ ਸਾਡੀ ਆਉਣ ਵਾਲੀ ਜਨਰੇਸ਼ਨ ਆ ਉੱਤੇ ਕੀ ਪ੍ਰਭਾਵ ਪਊਗਾ ਜੇ ਅਸੀਂ ਲੌਂਗ ਟਾਈਮ ਲੋਕਾਂ ਦੇ ਵਿੱਚ ਅਮਰ ਰਹਿਣਾ ਤੇ ਸਾਨੂੰ ਚੰਗੀਆਂ ਯਾਦਾਂ ਚੰਗਾ ਕੰਮ ਕਰਕੇ ਜਾਣਾ ਪੈਣਾ ਆ ਤਾਂ ਲੋਕ ਸਾਨੂੰ ਯਾਦ ਰੱਖਣਗੇ ਜਿੱਦਾਂ ਬਾਪੂ ਲਾਲ ਚੰਦ ਜਮਲਾ ਜੱਟ ਜਿਹਨੂੰ ਯਾਦ ਰੱਖਦੇ ਲੋਕੀ ਹੋਰ ਬਹੁਤ ਸਾਰੇ ਨਰਿੰਦਰ ਬੀਬਾ ਜੀ ਜਗਮਉਂਦ ਕੌਰ ਕੇਦੇਵ ਜੀ ਖੋਰ ਬਹੁਤ ਸਾਰੇ ਸੀਨੀਅਰ ਕਲਾਕਾਰ ਸਤਿਕਾਰਯੋਗ ਸਾਡੇ ਸਰਿੰਦਰ ਕੌਰ ਜੀ ਜਿਨ੍ਹਾਂ ਦੇ ਗੀਤ ਲੋਕ ਗੀਤਾਂ ਵਰਗੇ ਗੀਤ ਅੱਜ ਵੀ ਲੋਕ ਗਾਉਂਦੇ ਚੰਗੇ ਪੜੇ ਲਿਖੇ ਲੋਕ ਵੀ ਸੁਣਦੇ ਉਹਨਾਂ ਨੂੰ ਇਹ ਨਾ ਹੋ ਕਿ ਸਾਨੂੰ ਜਿਹੜੇ ਮਢੀਰ ਸੁਣੇ ਤਾਂ ਬਾਕੀ ਪਰਿਵਾਰ ਜਿਹੜੇ ਉਹ ਸਾਡੇ ਗਾਣੇ ਨਾ ਸੁਣ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਲਾਕਾਰਾਂ ਨੂੰ ਤੁਸੀਂ ਇਹਨਾਂ ਬਦਲਾ ਨਾ ਲਿਆਓ ਕਿ ਆਉਣ ਵਾਲੇ ਸਮੇਂ ਵਿੱਚ ਲੋਕ ਤੁਹਾਨੂੰ ਭੁੱਲ ਜਾਣ ਤੇ ਲੋਕ ਤੁਹਾਨੂੰ ਗਾਲਾਂ ਕੱਢਣ ਪਲੀਜ਼ ਮੇਰੀ ਬੇਨਤੀ ਹੱਥ ਜੋੜ ਕੇ ਅੱਛਾ ਆਪਾਂ ਐਮੀ ਵਰਕ ਤੇ ਕੁਲਵਿੰਦਰ ਬਿੱਲਾ ਦੀ ਫਿਲਮ ਤੇ ਜੇਕਰ ਫੇਰ ਆ ਜਾਈਏ ਹਨਾ ਤੁਹਾਡਾ ਟਾਈਟਲ ਉਹਨਾਂ ਨੇ ਛੱਲੇ ਬੁੰਦੀਆਂ ਯੂਜ਼ ਕੀਤਾ ਅੱਜ ਕੱਲ ਦੇ ਕਈ ਕਹਿ ਲਓ ਵੀ ਲੋਕ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਸੋਸ਼ਲ ਮੀਡੀਆ ਤੇ ਕੋਈ ਵੀ ਕੁਝ ਵੀ ਕਹਿ ਦਿੰਦਾ ਕਈ ਤੁਹਾਨੂੰ ਇਸ ਮੁੱਦੇ ਨੂੰ ਲੈ ਕੇ ਪਬਲਿਸਿਟੀ ਸਟੰਟ ਵੀ ਦੱਸਣਗੇ ਉਹਨੂੰ ਕੀ ਕਹਿਣਾ ਚਾਹੋਗੇ ਗੱਲ ਇਹ ਤਾਂ ਵੀ ਮੈਂ ਲੋਕਾਂ ਨੂੰ ਦੱਸਣਾ ਚਾਹਣਾ ਮੈਨੂੰ ਕਿਸੇ ਮਸ਼ਹੂਰੀ ਦੀ ਲੋੜ ਨਹੀਂ ਮੈਂ ਆਲਰੇਡੀ 30 ਸਾਲ ਤੋਂ ਸਟਾਰ ਬਣਿਆ ਲੋਕਾਂ ਨੇ ਮੈਨੂੰ ਮੈਨੂੰ ਛੱਲੇ ਮੁੰਦੀਆਂ ਤੋਂ ਲੋਕਾਂ ਨੇ ਸਟਾਰ ਬਣਾਇਆ ਹੂੰ ਮੈਂ ਇਹ ਵੀ ਲੋਕਾਂ ਦੱਸਣਾ ਚਾਹੁੰਦਾ ਕਿ ਮੈਂ ਇਹ ਗੀਤ ਜਿਹੜਾ ਛੱਲੇ ਮੁੰਦੀਆਂ ਗਾਇਆ ਸ਼ਾਹਾਂ ਦੀਏ ਕੁੜੀਏ ਗਰੀਬ ਦਿੱਤਾ ਮਾਰਨੀ ਗਾਇਆ ਮੁੰਡਾ ਦਿਲ ਦਾ ਨਹੀਂ ਮਾੜਾ ਨਿੱਕੀ ਜੀ ਗੱਲ ਪਿੱਛੇ ਚੱਲੀਏ ਚੰਨ ਜਿਆ ਯਾਰ ਰਸਾਈ ਦਾ ਮੇਰੇ ਗੀਤ ਇੰਨੇ ਸੁਪਰ ਡੂਪਰ ਹਿੱਟ ਹੋਏ ਆ ਮੈਨੂੰ ਕ੍ਰੈਡਿਟ ਲੈਣ ਦੀ ਲੋੜ ਨਹੀਂ ਮੈਨੂੰ ਫੇਸਬੁੱਕ ਤੇ ਯਾਨੀ ਕਿ ਡਰਾਮਾ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਮੈਂ ਪਹਿਲਾਂ ਹੀ ਆਲਰੇਡੀ ਸਟਾਰ ਆ ਹੂੰ ਉਹਨਾਂ ਲੋਕਾਂ ਨੂੰ ਮਸ਼ਹੂਰੀ ਦੀ ਲੋੜ ਹੁੰਦੀ ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ ਮੈਨੂੰ ਲੋਕੀ ਜਾਣਦੇ ਮੈਨੂੰ ਪਿੰਡਾਂ ਦੇ ਲੋਕ ਜਾਣਦੇ ਮੇਰੇ ਸਰੋਤੇ ਮੈਨੂੰ ਜਾਣਦੇ ਆ ਮੈਨੂੰ 16-15 ਸਾਲ ਤੋਂ ਲੈ ਕੇ 70 ਸਾਲ ਦਾ ਜਿਹੜਾ ਸਰੋਤਾ ਮੈਨੂੰ ਜਾਣਦਾ ਆ ਮੈਨੂੰ ਇਸ ਗੱਲ ਦਾ ਮਾਣ ਹੈ ਮੈਨੂੰ ਦੋ ਤਿੰਨ ਪੀੜ੍ਹੀਆਂ ਤੋਂ ਲੋਕੀ ਸੁਣ ਰਹੇ ਆ ਮੈਨੂੰ ਮਸ਼ਹੂਰੀ ਦੀ ਲੋੜ ਨਹੀਂ ਮੈਂ ਸਟੰਟ ਛੱਡ ਰਿਹਾ ਕਿਉਂ ਮੈਨੂੰ ਇਦਾਂ ਦੇ ਸਟੰਟਾਂ ਦੀ ਲੋੜ ਨਹੀਂ ਮੈਂ ਨਕਲੀ ਡਰਾਮੇ ਦੇ ਵਿੱਚ ਨਾ ਨਕਲੀ ਚੀਜ਼ਾਂ ਦੇ ਉੱਤੇ ਵਿਸ਼ਵਾਸ ਕਰਦਾ ਮੈਂ ਆਪਣੀ ਮਿਹਨਤ ਤੇ ਵਿਸ਼ਵਾਸ ਕਰਦਾ ਆ ਤੇ ਨਾ ਕਿ ਸੋਸ਼ਲ ਮੀਡੀਆ ਤੇ ਵਿਸ਼ਵਾਸ ਕਰਦਾ ਵੀ ਅੱਜ ਖਬਰ ਪਾਤੀ ਪੰਛੀ ਮਸ਼ਹੂਰ ਹੋ ਜਾਊਗਾ ਮੈਨੂੰ ਕੋਈ ਇਦਾਂ ਦੀ ਲੋੜ ਨਹੀਂ ਜੀ ਅੱਛਾ ਮੁੰਡਾ ਦਿਲ ਦਾ ਨਹੀਂ ਮਾੜਾ ਗੀਤ ਉਹਦੇ ਬੋਲ ਆਪਾਂ ਦਰਸ਼ਕਾਂ ਅੰਦਰ ਉਹ ਗੀਤ ਹੈ ਲੋਰਾਣਾ ਬੈਂਡੜ ਵਾਲਾ ਉਹਦੀ ਕਲਮ ਤੋਂ ਲਿਖਿਆ ਗੀਤ ਹੈ ਹੋਨੀ ਮੈਂ ਬਾਦਿਆਂ ਦਾ ਪੱਕਾ ਹੋਨੀ ਮੈਂ ਬਾਦਿਆਂ ਦਾ ਪੱਕਾ ਹੋਨੀ ਤੂੰ ਟੱਲੀ ਵਾਂਗੂ ਵੇਖ ਟਣਕਾ ਕੇ ਨਹੀਂ ਮੁੰਡਾ ਦਿਲ ਦਾ ਨਹੀਂ ਮਾੜਾ ਨੀ ਪੰਛੀ ਦਿਲ ਦਾ ਨਹੀਂ ਮਾੜਾ ਤੂੰ ਆ ਜਾ ਵੇਖ ਲੈ ਮੁਹੱਬਤਾਂ ਪਾ ਕੇ ਓ ਮੁੰਡਾ ਦਿਲ ਦਾ ਨਹੀਂ ਮਾੜਾ ਨੀ ਆ ਜਾ ਵੇਖ ਲੈ ਮੁਹੱਬਤਾਂ ਪਾ ਕੇ ਓ ਮੈਂ ਖੁਸ਼ੀਆਂ ਨਾਲ ਨਫ਼ਰਤ ਕਰਕੇ ਨਹੀਂ ਹੋਰ ਨਹੀਂ ਚਾਹੁੰਦਾ ਜੀਣਾ ਓ ਤੇਰੀ ਖਾਤਰ ਪੰਛੀ ਨੂੰ ਹੁਣ ਨੀਜ਼ਰ ਨਾ ਪੈ ਜਾਏ ਪੀਣਾ ਤੂੰ ਸਾਡੀ ਬਣ ਕੇ ਤਾਂ ਵੇਖੀ ਤੂੰ ਸਾਡੀ ਬਣ ਕੇ ਤਾਂ ਵੇਖੀ ਤੂੰ ਸਾਡੀ ਬਣ ਕੇ ਤਾਂ ਵੇਖੀ ਨੀ ਤੈਨੂੰ ਸੀਨੇ ਨਾਲ ਰੱਖਾਂਗੇ ਨੀ ਲਾ ਕੇ ਓ ਮੁੰਡਾ ਦਿਲ ਦਾ ਨੀ ਮਾੜਾ ਨੀ ਆ ਜਾ ਵੇਖ ਲੈ ਮੁਹੱਬਤਾਂ ਪਾ ਕੇ ਕਿਆ ਬਾਤ ਹੈ ਕਿਆ ਬਾਤ ਹੈ ਅੱਛਾ ਮੈਂ ਤੁਹਾਡੇ ਸਟਾਡਮ ਦੀ ਗੱਲ ਕਰਦੀ ਆ ਹੂੰ ਤੁਸੀਂ 30 ਤੋਂ 35 ਤੋਂ 40 ਅਖਾੜੇ ਲਗਾਏ ਇੱਕ ਮੌਕੇ ਤੇ ਇੱਕ ਸਮੇਂ ਤੇ ਹਾਂ ਤਾਂ ਜਿੱਕਰ ਗੱਲ ਕਰਾਂ ਇੱਕ ਕਿੱਸਾ ਆ ਜਿਹੜਾ ਮੈਂ ਸੁਣਿਆ ਮੈਂ ਚਾਹੁੰਨੀ ਆ ਕਿ ਤੁਸੀਂ ਦਰਸ਼ਕਾਂ ਨਾਲ ਰੂਬਰੂ ਕਰੋ ਕਿ ਤੁਹਾਡਾ ਇੱਕ ਵਾਰ ਪ੍ਰੋਗਰਾਮ ਬੁੱਕ ਹੋਇਆ ਸੀ ਕਰੇ ਤੇ ਉਹ 2000 ਚ ਬੁੱਕ ਕਰਕੇ ਗਏ ਸੀ ਤੇ ਤੁਹਾਡੇ ਦਾਦਾ ਜੀ ਨੂੰ ਕਿਉਂ ਨਹੀਂ ਯਕੀਨ ਹੋਇਆ ਸੀ ਜਦੋਂ ਅਸੀਂ ਆਪਣੇ ਪਿੰਡ 'ਚ ਰਹਿੰਦੇ ਸੀ ਮੇਰਾ ਪਿੰਡ ਸ੍ਰੀ ਸ਼ੰਕਰ ਹੈ ਜੀ ਮੈਂ ਦੱਸਣਾ ਚਾਹਣਾ ਲੋਕਾਂ ਨੂੰ ਤਹਿਸੀਲ ਨਕੌਦਰ ਜ਼ਿਲ੍ਹਾ ਜਲੰਧਰ ਦੇ ਵਿੱਚ ਮੇਰਾ ਸ੍ਰੀ ਪਿੰਡ ਹੈ ਤੇ ਜਦੋਂ ਮੈਂ ਸਟਾਰਟਿੰਗ ਮਾਨਕ ਸਾਹਿਬ ਦੇ ਨਾਲੋਂ ਹਟਿਆ ਤੇ ਮੈਂ ਫਿਰ ਆਪਣੇ ਪਿੰਡ ਆ ਕੇ ਨਾ ਥੋੜਾ ਆਪਣਾ ਵੱਖਰਾ ਇੱਕ ਗਰੁੱਪ ਬਣਾਇਆ ਮੇਰੇ ਇਲਾਕੇ ਦੇ ਹਰਜਿੰਦਰ ਕਮਲ ਜੀ ਸਵਰਗੀ ਉਹ ਮੇ ਨਾਲ ਬਾਜਾ ਵਜਾਉਂਦੇ ਸੀਗੇ ਗੁਰਮੁਖ ਭੱਲਾ ਮੇ ਨਾਲ ਅੱਤ ਬਾਜਾ ਵੀ ਵਜਾਉਂਦਾ ਰਿਹਾ ਢੋਲਕ ਵੀ ਵੀ ਆਉਂਦਾ ਰਿਹਾ ਨਾਲ ਗਾਉਂਦੇ ਵੀ ਇੱਕ ਮੇਰੇ ਪਿੰਡ ਦਾ ਮੁੰਡਾ ਸਲੀਮ ਸੀਗਾ ਇੱਕ ਮੀਤਾ ਲਤਰਾਂ ਵਾਲਾ ਅਸੀਂ ਸਾਰੇ ਸਟਾਰਟਿੰਗ ਗਰੁੱਪ ਬਣਾਇਆ ਅਸੀਂ ਇੱਕ ਛੋਟਾ ਜਿਹਾ ਗਰੁੱਪ ਬਣਾਇਆ ਫਿਰ ਬੂਟਾ ਮੁਹੰਮਦ ਸਾਡੇ ਨਾਲ ਢੋਲਕ ਵਜਾਉਂਦਾ ਰਿਹਾ ਜੀ ਤੇ ਇੱਕ ਵਾਰੀ ਮੈਨੂੰ ਬੋਕਰਨ ਆ ਗਿਆ ਕਿਤੇ ਦੂਰ ਤੋਂ ਲੋਕ ਤੇ ਉਹਨਾਂ ਨੇ ਮੈਨੂੰ 2000 ਰੁਪਏ ਚ ਬੁੱਕ ਕੀਤਾ ਹਮ ਹਮ ਜਦੋਂ 2000 ਚ ਬੁੱਕ ਕੀਤਾ ਮੈਂ ਆਪਣੇ ਬਾਬਾ ਜੀ ਨੂੰ ਦੱਸਿਆ ਮੈਂ ਕਿ 2000 ਚ ਬੁੱਕ ਕੀਤਾ ਜੀ ਕਹਿੰਦਾ ਉਹਨਾਂ ਦਾ ਦਿਮਾਗ ਖਰਾਬ ਹੋ ਗਿਆ ਨਾ ਤੈਨੂੰ 2000 ਦਿੱਤਾ ਮੈਂ ਕਿ ਹਾਂਜੀ ਕਹਿੰਦਾ ਮੈਨੂੰ ਯਕੀਨ ਨਹੀਂ ਆਉਂਦਾ ਮੈਂ ਕਿਹਾ ਬਾਬਾ ਜੀ ਉਹ ਮੈਨੂੰ ਬੁੱਕ ਕਰਨ ਆਏ ਆ ਕਹਿੰਦਾ ਤੈ ਉੱਥੇ ਕੀ ਕਰਨਾ ਹਾਂ ਮੈਂ ਕਿਹਾ ਮੈਂ ਉੱਥੇ ਗਾਉਣ ਜਾਣਾ ਕਹਿੰਦਾ ਇੰਨੇ ਪੈਸੇ ਕਾਕਾ ਤੈਨੂੰ ਦਿੱਤੇ ਉਹਨਾਂ ਨੂੰ ਠੀਕ ਉਹ 2000 ਬਹੁਤ ਹੁੰਦਾ ਸੀ ਉਹ 2000 ਬਹੁਤ ਹੁੰਦਾ ਸੀ ਤੇ ਉਸ ਵੇਲੇ ਜਿਹੜੀ ਪੇਮੈਂਟ ਹੁੰਦੀ ਸੀ ਆਮ ਕਲਾਕਾਰਾਂ ਦੀ 1500 ਤੇ ਹੌਲੀ ਹੌਲੀ ਵੱਧ ਗਈ ਸੀ ਪਰ ਮੈਨੂੰ ਸਟਾਰਟਿੰਗ ਦੇ ਵਿੱਚ 2000 ਰੁਪਏ ਦਿੱਤਾ ਤੇ ਮੈਨੂੰ ਉਹ ਬਹੁਤ ਵੱਡੀ ਜਾਨੀ ਰਕਮ ਲੱਗੀ ਰਕਮ ਲੱਗੀ ਬਿਲਕੁਲ ਬਿਲਕੁਲ ਅੱਛਾ 23 ਤੋਂ 35 35 ਤੋਂ 40 ਪ੍ਰੋਗਰਾਮ ਤੁਸੀਂ ਲਗਾਏ ਹੋ ਜੀ ਮਤਲਬ ਨਹੀਂ ਲਾ ਸਕਦਾ ਅੱਜ ਦੇ ਟਾਈਮ ਦੇ ਵਿੱਚ ਦੇਖਿਓ ਤੁਸੀਂ ਅੱਜ ਦੇ ਕਲਾਕਾਰਾਂ ਨੂੰ ਕਿਵੇਂ ਦੇਖਦੇ ਹੋ ਕਿ ਇਹ ਲਾ ਲੈਣਗੇ 23 ਤੋਂ 35 ਪ੍ਰੋਗਰਾਮ ਮਹੀਨੇ 'ਚ ਮੇਰਾ ਖਿਆਲ ਤਾਂ ਹੈ 30 35 ਪ੍ਰੋਗਰਾਮ ਸਾਲ 'ਚ ਵੀ ਨਹੀਂ ਲਾ ਸਕਦੇ ਕਿਉਂਕਿ ਇਹਨਾਂ ਨੇ ਮਿਹਨਤ ਨਹੀਂ ਕੀਤੀ ਜੀ ਇਸ ਕਰਕੇ ਵੀ ਇਹਨਾਂ ਦਾ ਰਿਆਜ ਨਹੀਂ ਹੋਣਾ ਹੈਗਾ ਅਸੀਂ ਆਪਣੇ ਉਸਤਾਦਾਂ ਦੇ ਨਾਲ ਰਹਿ ਕੇ ਰਿਆਜ ਬਹੁਤ ਕੀਤਾ ਜੇ ਅਸੀਂ 30 35 ਪ੍ਰੋਗਰਾਮ ਅਸੀਂ ਕਰਦੇ ਰਿਹਾ ਨਾਲ ਮੇਰੇ ਮਿਸਜ ਪੰਜਾਬੀ ਫਿਲਮ ਹਿਰੋਇਨ ਦੇ اندر ਰੂਬੀ ਜੀ ਉਹ ਤੇ ਅਸੀਂ ਦੋਨੇ ਜਾਣੇ ਪ੍ਰੋਗਰਾਮ ਕਰਦੇ ਰਿਹਾ ਪਿੰਡਾਂ ਦੇ ਵਿੱਚ 1990 ਤੋਂ ਲੈ ਕੇ ਹੁਣ ਤੱਕ ਅਸੀਂ ਪ੍ਰੋਗਰਾਮ ਕਰਦੇ ਆਂ ਜੀ ਤੇ ਹਰ ਕਲਾਕਾਰ ਦੇ ਉੱਤੇ ਸਮਾਂ ਹੁੰਦਾ ਇੱਕ ਤੇ ਹੌਲੀ ਹੌਲੀ ਜਿਹੜਾ ਚੀਜ਼ ਬਦਲ ਜਾਂਦੀ ਆ ਜੀ ਲੋਕਾਂ ਦੇ ਵਿੱਚ ਜਿਹੜੀ ਚੀਜ਼ ਮਸ਼ਹੂਰ ਹੁੰਦੀ ਆ ਉਹਦਾ ਜਿਹੜਾ ਪ੍ਰਭਾਵ ਇੱਕ ਦਿਨ ਜਦੋਂ ਸੂਰਜ ਚੜ੍ਹਦਾ ਆ ਉਹਦੀ ਧੁੱਪ ਬੜੀ ਜਿਆਦਾ ਹੁੰਦੀ ਆ ਹੌਲੀ ਹੌਲੀ ਉਹ ਵੀ ਸ਼ਾਮ ਪੈ ਜਾਂਦੀ ਆ ਇਸ ਕਰਕੇ ਦੁਨੀਆ ਵੀ ਬਦਲਾਅ ਚਾਹੁੰਦੀ ਆ ਤੇ ਫਿਰ ਇੱਕ ਸਾਡੇ ਨਾਮ ਦੇ ਕਰਕੇ ਸਾਨੂੰ ਅੱਜ ਜੇ ਲੋਕ ਬੋ ਕਰਦੇ ਆ ਸੁਖਵਿੰਦਰ ਪਾਂਚੀ ਰਜਿੰਦਰ ਰੂਬੀ ਨੂੰ ਜੀ ਤੇ ਉਹ ਸਾਡੇ ਪੁਰਾਣੇ ਨਾਮ ਦੇ ਕਰਕੇ ਸਾਨੂੰ ਜਾਂ ਸਾਡੇ ਜਿਹੜੇ ਹਿੱਟ ਗੀਤ ਹੋਏ ਆ ਜਾਂ ਸਾਡੀਆਂ ਫਿਲਮਾਂ ਦੇ ਕਰਕੇ ਜੀ ਜਾਂ ਸਾਡਾ ਜਿਹੜਾ ਲੋਕਾਂ ਦੇ ਵਿੱਚ ਪਿਆਰ ਮੁਹੱਬਤ ਆ ਜਾਂ ਸਾਡਾ ਜਿਹੜਾ ਪਾਇਆ ਯੋਗਦਾਨ ਆ ਉਹਦਾ ਬਣਦਾ ਸਾਨੂੰ ਹੱਕ ਅੱਜ ਵੀ ਦਿੰਦੇ ਆ ਤਾਂ ਅਸੀਂ 30 35 35 ਪ੍ਰੋਗਰਾਮ ਲਾਉਂਦੇ ਰਹੇ ਆ ਅੱਜ ਕੱਲ ਦੇ ਕਲਾਕਾਰ ਸੀਡੀ ਲਾ ਕੇ ਗਾਉਂਦੇ ਆ ਪਰ ਸੁਖਵਿੰਦਰ ਪਾਂਚੀ ਕਦੇ ਸੀਡੀ ਲਾ ਕੇ ਮੈਂ ਥਰੂਆਊਟ ਵਰਲਡ ਸ਼ੋਅ ਕੀਤੇ ਆ ਪਰ ਮੈਂ ਕਦੇ ਸੀਡੀ ਲਾ ਕੇ ਨਹੀਂ ਗਾਇਆ ਕੀ ਬਾਤ ਹੈ ਅੱਛਾ ਹੁਣ ਮੈਂ ਅਗਲੀ ਗੱਲ ਤੇ ਆਉਣੀ ਆ ਤੁਸੀਂ ਆ ਸੁਣਿਆ ਹੋਣਾ ਬਹੁਤ ਜਣੇ ਕਹਿੰਦੇ ਆ ਕਿ ਕੁਲਦੀਪ ਮਾਨਕ ਜੀ ਬਹੁਤ ਕੱਬੇ ਸੁਭਾਅ ਦੇ ਸੀ ਤੇ ਉਹ ਜਦੋਂ ਮਰਜੀ ਡਾਂਟ ਦਿੰਦੇ ਸੀ ਜਦੋਂ ਮਰਜੀ ਕੁੱਟ ਦਿੰਦੇ ਸੀ ਔਰ ਕਈਆਂ ਨੇ ਕਿਹਾ ਕਿ ਉਹ ਥੋੜੇ ਉਹਦਾ ਵੀ ਗੁੱਸੇਲ ਸੀ ਸਟੇਜ ਤੇ ਵੀ ਗੁੱਸਾ ਖਾ ਜਾਂਦੇ ਸੀ ਸੋ ਕੁਝ ਉਹਨਾਂ ਬਾਰੇ ਜ਼ਰੂਰ ਦਰਸ਼ਕਾਂ ਨੂੰ ਦੱਸੋ ਮੈਂ ਇਹ ਦੱਸਣਾ ਚਾਹ ਰਿਹਾ ਮਾਨਕ ਸਾਹਿਬ ਇੱਕ ਬਹੁਤ ਸੌ ਇਨਸਾਨ ਨੇਕਨਸਾਨ ਸੀਗੇ ਉਹਨਾਂ ਦਾ ਸੁਭਾਅ ਜਿਹੜਾ ਸੀ ਉਹ ਬਹੁਤ ਵਧੀਆ ਸੀਗਾ ਜੀ ਉਹ ਯਾਨੀ ਕਿ ਲੋਕਾਂ ਨੇ ਉਹਨਾਂ ਨੂੰ ਪਿਆਰ ਬਹੁਤ ਜ਼ਿਆਦਾ ਦਿੱਤਾ ਹੂੰ ਤੇ ਉਹ ਜ਼ਿਆਦਾ ਬੜਪੋਲੇ ਸੀਗੇ ਜੀ ਜੀ ਦਿਲ ਦੇ ਬਹੁਤ ਸਾਫ਼ ਸੀਗੇ ਹੂੰ ਉਹ ਲੋਕਾਂ ਨੂੰ ਸਟੇਜ ਤੇ ਜਿਹੜੀ ਮਰਜ਼ੀ ਗੱਲ ਕਹਿ ਦਿੰਦੇ ਸੀ ਪਰ ਲੋਕੀ ਉਹਨਾਂ ਦੀ ਗੱਲ ਦਾ ਗੁੱਸਾ ਨਹੀਂ ਸੀ ਕਰਦੇ ਉਹਨਾਂ ਨੂੰ ਪਿਆਰ ਦਿੰਦੇ ਸੀ ਲੋਕੀ ਹੱਸ ਕੇ ਟਾਲ ਦਿੰਦੇ ਸੀ ਜੀ 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 ਇਸ ਕਰਕੇ ਕੁਲਦੀਪ ਮਾਨਕ ਦੀਆਂ ਮੈਸਟੇਜਾਂ ਤੇ ਬਹੁਤ ਸਾਰੇ ਪ੍ਰੋਗਰਾਮ ਉਸਤਾਜ ਜੀ ਦੇ ਨਾਲ ਲਾਏ ਮੈਂ ਕਦੇ ਇਹ ਨਹੀਂ ਦੇਖਿਆ ਵੀ ਕੁਲਦੀਪ ਮਾਨਕ ਦੀ ਕਿਤੇ ਲੜਾਈ ਹੋਈ ਹੋਵੇ ਜੀ ਜਾਂ ਕੁਲਦੀਪ ਮਾਨਕ ਨੂੰ ਕਿਤੇ ਮਾੜਾ ਚੰਗਾ ਲੋਕਾਂ ਨੇ ਬੋਲਿਆ ਹੋਵੇ ਜੀ ਸਮਾਂ ਤੇ ਜੇ ਕਿਸੇ ਦਾ ਤਵਾ ਲਾ ਵੀ ਦਿੱਤਾ ਨਾ ਸਟੇਜ ਤੇ ਉਹਨਾਂ ਨੇ ਨੇੜੇ ਆ ਤੁਹਾਡਾ ਧੰਨਵਾਦ ਸਾਡੀ ਮਸ਼ਹੂਰੀ ਕਰਕੇ ਚੱਲ ਰਿਹਾ ਹੈ ਮਾਨ ਦਿੰਦੇ ਲੋਕੇ ਉਹਨਾਂ ਨੂੰ ਜੀ ਜੀ ਅੱਛਾ ਤੁਸੀਂ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਵੀ ਜ਼ਰੂਰ ਦਰਸ਼ਕਾਂ ਨੂੰ ਦੱਸੋ ਕਿ ਕੌਣ ਕਿਹੜਾ ਕਿਹੜਾ ਟ੍ਰੈਕ ਵਾਲਾ ਆ ਥੋੜੇ ਦਿਨ ਤੱਕ ਇੱਕ ਮੱਖਣ ਲੋਹਾਰ ਸਾਹਿਬ ਦਾ ਮੈਂ ਨਵਾਂ ਗੀਤ ਸ਼ੂਟ ਕੀਤਾ ਆ ਜਿਹਦਾ ਟਾਈਟਲ ਹੈਗਾ ਸਲੂਟ ਹੂੰ ਇਹ ਮੱਖਣ ਲੋਹਾਰਾਂ ਵਾਲੇ ਦੀ ਪਹਿਲਾਂ ਵੀ ਗੀਤ ਗਾਇਮੈਂ ਹੂੰ ਸ਼ਾਹਾਂ ਦੀ ਇਹ ਕੁੜੀਏ ਗਰੀਬ ਦੱਤਾ ਮਾਰਨੀ ਹੂੰ ਉਸ ਤੋਂ ਬਾਅਦ ਉਹਨਾਂ ਦਾ ਮੈਂ ਹੁਣ ਗਾਣਾ ਜੋਰਾਲ ਸਾੜਾ ਜੀ ਉਹਨਾਂ ਦੀ ਕਲਮ ਤੋਂ ਲਿਖਿਆ ਗੀਤ ਨਵਾਂ ਸਾਡਾ ਆ ਰਿਹਾ ਮੈਮੀ ਰਿਕਾਰਡ ਅਜੇ ਮੈਮੀ ਸਾਹਿਬ ਉਹਨੂੰ ਇੰਗਲੈਂਡ ਦੇ ਬਹੁਤ ਸਾਰੀਆਂ ਕੰਪਨੀਆਂ ਨੇ ਮੇਰੇ ਕਾਫੀ ਗਾਣੇ ਕੀਤੇ ਆ ਪਿੱਛੇ ਸਰਦਾਰ ਫੰਗਣ ਸਿੰਘ ਧਾਮੀ ਸਾਹਿਬ ਉਹਨਾਂ ਦਾ ਮੈਂ ਗਾਣਾ ਨਾ ਰਿਕਾਰਡ ਕੀਤਾ ਰੱਬ ਦਾ ਨਾਮ ਉਹ ਸੋਢੀ ਨਾਗਰਾਜੀ ਨੇ ਆਪਣੀ ਨਵੀਂ ਕੰਪਨੀ ਬੜਾਈ ਆ ਮਿਊਜ਼ਿਕ ਟਾਈਮ ਉਹਦੇ ਵਿੱਚ ਉਹਨਾਂ ਨੇ ਰਿਲੀਜ਼ ਕੀਤਾ ਮੈਂ ਸੋਢੀ ਨਾਗਰਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਹੋਰ ਮੇਰੇ ਕਾਫੀ ਗਾਣੇ ਆ ਰਹੇ ਜੀ 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 ਅੱਛਾ ਤੇ ਆਪਾਂ ਸ਼ਾਹਦੀਏ ਕੁੜੀਏ ਗੀਤ ਜਿਹੜਾ ਹੈਗਾ ਜਾਂਦੇ-ਜਾਂਦੇ ਦਰਸ਼ਕਾਂ ਨੂੰ ਇੱਕ ਸੰਦੇਸ਼ ਪਹਿਲਾਂ ਦਵਾਂਗੇ ਫਿਰ ਉਹ ਗੀਤ ਦੇ ਨਾਲ ਸਮਾਪਤੀ ਕਰਾਂਗੇ ਠੀਕ ਹੈ ਜੀ ਜੀ ਦਰਸ਼ਕਾਂ ਨੂੰ ਕੋਈ ਮੈਸੇਜ ਦੇਣਾ ਚਾਹੋ ਮੈਂ ਆਪਣੇ ਚਾਣ ਵਾਲੇ ਦਰਸ਼ਕਾਂ ਨੂੰ ਥਰੂਆਊਟ ਵਰਲਡ ਜਿੱਥੇ ਵੀ ਮੇਰੇ ਭੈਣ ਭਰਾ ਬੈਠੇ ਆ ਉਹਨਾਂ ਨੂੰ ਇਹ ਕਹੂੰਗਾ ਵੀ ਚੰਗੇ ਗਾਣੇ ਨੂੰ ਪ੍ਰਮੋਟ ਕਰਨਾ ਚੰਗੇ ਕਲਾਕਾਰ ਨੂੰ ਪ੍ਰਮੋਟ ਕਰਨਾ ਚੰਗੇ ਸਿਹਤ ਨੂੰ ਪ੍ਰਮੋਟ ਕਰਨਾ ਚੰਗੀ ਚੀਜ਼ ਦੁਨੀਆ ਤੇ ਕੋਈ ਵੀ ਬੰਦਾ ਲੈ ਕੇ ਆਉਂਦਾ ਕਿਸੇ ਵੀ ਫੀਲਡ ਦੇ ਵਿੱਚ ਉਹਦੀ ਸਪੋਰਟ ਕਰਨੀ ਉਹ ਕਿਸੇ ਵੀ ਫੀਲਡ ਦੇ ਵਿੱਚ ਹੋਵੇ ਤੇ ਬਾਕੀ ਸਾਫ ਸੁਥਰੇ ਗੀਤ ਜਿਹੜੇ ਆ ਉਹਨਾਂ ਨੂੰ ਜਿਆਦਾ ਪ੍ਰਮੋਟ ਕਰਿਆ ਕਰੋ ਨੰਗੇਜ ਨੂੰ ਬੰਦੂਕਾਂ ਰਫਲਾ ਸਮੈਕ ਨਸ਼ੇ ਇਹਨਾਂ ਚੀਜ਼ਾਂ ਨੂੰ ਪਲੀਜ਼ ਆਪਣੇ ਬੱਚਿਆਂ ਨੂੰ ਵੀ ਕਹੋ ਅਸੀਂ ਪ੍ਰਮੋਟਰ ਨਹੀਂ ਕਰਨਾ ਕਿਉਂਕਿ ਜੇ ਆਪਾਂ ਇਦਾਂ ਦੀਆਂ ਚੀਜ਼ਾਂ ਨੂੰ ਪ੍ਰਮੋਟ ਕਰਨ ਲੱਪੇ ਸਾਡੀ ਜਿਹੜੀ ਪੰਜਾਬੀ ਆ ਇਤੋਂ ਲੋਕੀ ਦੂਰ ਹੋ ਜਾਣਗੇ ਸਾਡਾ ਵਿਰਸਾ ਸਾਡੀ ਵਿਰਾਸਤ ਸਾਡਾ ਜਿਹੜਾ ਪੰਜਾਬ ਆ ਇੱਕ ਤੇ ਕਿਤਾਬਾਂ ਚ ਨਾ ਰਹਿ ਜਾਵੇ ਅਸੀਂ ਆਪਣੇ ਪੰਜਾਬ ਨੂੰ ਆਪਣੀ ਪੰਜਾਬੀ ਨੂੰ ਜੁਹੰਦੇ ਜਾਗਦੇ ਰੱਖਣ ਲਈ ਬਹੁਤ ਸਾਰੇ ਉਪਰਾਲੇ ਕਰਨੇ ਆ ਔਰ ਤੁਸੀਂ ਵੀ ਕਰਨੇ ਆ ਅਸੀਂ ਵੀ ਕਰਨੇ ਆ ਅਸੀਂ ਆਪਣੇ ਗੀਤਾਂ ਨਾਲ ਹੀ ਕਰਨੇ ਆ ਤੁਸੀਂ ਸਾਨੂੰ ਸਪੋਰਟ ਦੇ ਕੇ ਕਰਨੇ ਆ ਸੋ ਦੋਸਤੋ ਨਾਲ ਨਾਲ ਮੈਂ ਇਹ ਵੀ ਬੇਨਤੀ ਕਰਨੀ ਆ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਟੀਵੀ ਪੰਜਾਬ ਦੇ ਜਿਹੜਾ ਕਮੈਂਟ ਬਾਕਸ ਆ ਉਹਦੇ ਵਿੱਚ ਜ਼ਰੂਰ ਲਿਖ ਕੇ ਭੇਜਣਾ ਕਿ ਛੱਲੇ ਬੁੰਦਿਆਂ ਗੀਤ ਸੁਖਵਿੰਦਰ ਪਾਂਚੀ ਦਾ ਜਾਂ ਐਮੀ ਬਿਰਕ ਜਾਂ ਕੁਲਵਿੰਦਰ ਬਿੱਲੇ ਦਾ ਮੇਰੀ ਬੇਨਤੀ ਆ ਤੇ ਤੁਸੀਂ ਸਾਡੀ ਸਪੋਰਟ ਕਰਨੀ ਆ ਪ੍ਰਮੋਟ ਕਰਨੀ ਆ ਸੱਚ ਦੀ ਸਪੋਰਟ ਕਰਨੀ ਨਾ ਕਿ ਸੁਖਵਿੰਦਰ ਪਾਂਚੀ ਦੀ ਸਪੋਰਟ ਕਰਨੀ ਆ ਜੇ ਸੁਖਵਿੰਦਰ ਪਾਂਚੀ ਛੱਲੇ ਬੁੰਦਿਆਂ ਹੈ ਤੇ ਤੁਸੀਂ ਸਪੋਰਟ ਕਰਨੀ ਆ ਜੇ ਨਹੀਂ ਤਾਂ ਫੇਰ ਨਹੀਂ ਕਰਨੀ ਤੁਹਾਡਾ ਮੈਂ ਧੰਨਵਾਦੀ ਆ ਜਿਉਂਦੇ ਰਹੋ ਵਸਦੇ ਰਹੋ ਤੋਂ ਨਾਲ ਦੀ ਨਾਲ ਆਖਰੀ ਗੀਤ ਤੁਹਾਡੀ ਨਜ਼ਰ ਕਰਾਂ ਹਾਂ ਸ਼ਾਹਾਂ ਦੀ ਇਹ ਕੁੜੀਏ ਗਰੀਬ ਦਿੱਤਾ ਮਾਰਨੇ ਮੇਰਾ ਗੀਤ ਹੈ ਉਹ ਚਾਬੀ ਐ ਸੰਦੂਕ ਦੀ ਐ ਗੋਲੀ ਐ ਬੰਦੂਕ ਦੀ ਐ ਚਾਬੀ ਐ ਸੰਦੂਕ ਦੀ ਐ ਗੋਲੀ ਐ ਬੰਦੂਕ ਦੀ ਐ ਵੱਜ ਕੇ ਯਾਰਾਂ ਦੇ ਸੀਨੇ ਨਿਕਲੀ ਤੂੰ ਪਾਰਨੀ ਸ਼ਾਹ ਦੀ ਏ ਕੁੜੀਏ ਗਰੀਬ ਦਿੱਤਾ ਮਾਰਨੀ ਸ਼ਾਹ ਦੀ ਏ ਕੁੜੀਏ ਗਰੀਬ ਦਿੱਤਾ ਮਾਰਨੀ ਓ ਮੱਖਣ ਲੋਹਾਰਾਂ ਵਾਲੇ ਵਾਂਗੂ ਗਿਆ ਪੱਟਿਆ ਹੋ ਗਈ ਬਦਨਾਮੀ ਨਾਲੇ ਲੋਕਾਂ ਮੈਨੂੰ ਛੱਟਿਆ ਓ ਮੱਖਣ ਲੋਹਾਰਾਂ ਵਾਲੇ ਵਾਂਗੂ ਗਿਆ ਪੱਟਿਆ ਹੋ ਗਈ ਬਦਨਾਮੀ ਨਾਲੇ ਲੋਕਾਂ ਮੈਨੂੰ ਛੱਟਿਆ ਨੀ ਪੰਛੀ ਨੂੰ ਨਾ ਆਪਣੇ ਬਲਾਉਣ ਨੂੰ ਤਿਆਰ ਨੀ ਸ਼ਾਹਾਂ ਦੀ ਏ ਕੁੜੀਏ ਗਰੀਬ ਦਿੱਤਾ ਮਾਰਨੀ ਸ਼ਾਹਾਂ ਦੀ ਇਹ ਕੁੜੀਏ ਗਰੀਬ ਦਿੱਤਾ ਮਾਰਨੀ ਕੀ ਬਾਤ ਹੈ ਕੀ ਬਾਤ ਹੈ ਸੋ ਮੈਨੂੰ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਤੁਹਾਨੂੰ ਇਹ ਮੁਲਾਕਾਤ ਕਿਹੋ ਜਿਹੀ ਲੱਗੀ ਤੁਸੀਂ ਵੀ ਸਾਨੂੰ ਦੱਸਣਾ ਨਹੀਂ ਭੁੱਲਣਾ ਤੇ ਨਾਲ ਦੇ ਨਾਲ ਸਾਡਾ ਚੈਨਲ ਵੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਫਿਲਹਾਲ ਦੇ ਲਈ ਅੱਜ ਦੀ ਸੁਖਿੰਦਰ ਪੰਚੀ ਦੇ ਨਾਲ ਮੁਲਾਕਾਤ ਦੇ ਵਿੱਚ ਬਸ ਇੰਨਾ ਹੀ ਹੁਣ ਸਾਨੂੰ ਦੇਈ ਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੈਂ ਨਿੰਮਲ ਮਾਨ ਪੂਰਾ ਡੈਕਸਟਰਲ ਮੈਂ ਤੋਂ ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ ਇਹੋ ਜੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਦੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਫੇਰ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾ ਦਿਓ ਸਸ ਸਤਿ ਸ਼੍ਰੀ ਅਕਾਲ